ਹੋ ਲੀਡਲਾਂ ਨੂੰ ਕੁਰਸੀ ਦੇ ਮਸਲੇ ਕੋਈ ਮਰਦਾ ਗਰੀਬ ਭੁੱਖਾ ਮਰ ਜੇ ਹੱਪਤੀ ਚਾਰਾ ਸੰਗ ਇੱਥੇ ਰਲੀ ਫਿਰਦੀ ਸਾਰੇ ਆਪਣਾ ਹੀ ਟੜ ਇੱਥੇ ਪਰਦੇ ਕੌਡੀ ਮੁੱਲ ਪਿਆਣਾ ਸ਼ਹੀਦਾ ਸਿੰਘਾਂ ਦਾ ਕੌਡੀ ਮੁੱਲ ਪਿਆਣਾ ਸ਼ਹੀਦਾ ਸਿੰਘਾਂ ਦਾ ਅੱਖਾਂ ਬੰਦ ਕਰਕੇ ਜੋ ਦੇਖੇ ਹੋਏ ਖਾਬ ਦਾ ਸੋਨੇ ਦੀ ਚਿੜੀ ਸੀ ਜਿਨੂੰ ਆਖਦੇ ਅਜ ਬੁਰਾ ਹਾਲ ਹੋਇਆ ਮੇਰੇ ਪੰਜਾਬ ਦਾ ਸੱਜ ਬੁਰਾ ਹਾਲ ਹੋਇਆ ਮੇਰੇ ਪੰਜਾਬ ਦਾ ਤਾਂ ਮੈਂ ਪੁੱਛਣਾ ਚਾਹੁੰਦਾ ਕਿ ਅਕਸਰ ਤੁਸੀਂ ਜਿੰਨਾ ਸਿੰਗਰਾਂ ਨੂੰ ਗੀਤ ਦਿੱਤੇ ਆ ਤੁਸੀਂ ਦੱਸਿਆ ਕਿ ਮੈਂ ਮਿਹਨਤਿਆਂ ਮਜ਼ਦੂਰੀ ਦਾ ਕੰਮ ਕਰਦਾ ਜੇ ਤੱਕ ਵੀ ਹੈ ਨਾ ਤਾਂ ਕਿਸੇ ਨੇ ਤੁਹਾਡੀ ਬਾਹ ਨਹੀਂ ਫੜੀ ਤੁਹਾਨੂੰ ਕੋਈ ਪੰਜੀ ਤਾਂ ਸੀ ਦਿੱਤੀ ਆ ਜਾਂ ਨਹੀਂ ਦਿੱਤੀ ਹੋ ਮਰਤਾ ਕਿਸਾਨ ਸਰਕਾਰੇ ਮਾੜੀ ਏ ਝੂਠੀ ਵਾਦਿਆਂ ਦੀ ਨੀਤ ਦੀ ਏ ਕਾਲੀ ਏ ਮਿੱਧ ਦਾਇਰ ਵਟਾ ਉੱਤੇ ਸਪਾਂਦੇ ਪਹਿਲਾ ਕਿਸੇ ਪੱਲੇ ਕੁਝ ਰਹਾ ਜਟਾਉਂਦੇ ਕਿਨੂੰ ਹਾਲ ਦਸੀਏ ਨਹੀਂ ਲੱਗੇ ਫਟਾਂ ਦਾ ਕਿਨੂੰ ਹਾਲ ਦਸੀਏ ਨਹੀਂ ਲੱਗੇ ਫਟਾਂ ਦਾ ਦਿੱਲੀ ਇਹ ਨਾ ਰਜੇ ਖੂਨ ਚੂਸ ਜਟਾਉਂਦਾ ਮੇਰੇ ਅਗੇ ਪੱਲੇ ਭਾਵੇਂ ਕੱਖ ਨਵੇਂ ਉਹਨੇ ਕੇਹ ਦੀ ਚੁੱਕਣਾ ਜਾ ਕੇ ਤੇ ਬਸ ਆਪਣਾ ਘਰ ਬਰਬਾਦ ਕਰਨ ਦੀ ਕਰਨੀ ਠੀਕ ਆ ਉਹ ਇੱਕ ਹੋਵੇ ਨਾ ਗਰੀਬ ਦੂਜਾ ਫਟੇ ਨਾ ਨਸੀਬ ਘਾਟ ਮਾਰਦੀ ਆ ਇਹੋ ਬੰਦਾ ਮਾੜਾ ਨਹੀਂ ਹੁੰਦਾ ਹੋਵੇ ਨਾ ਗਰੀਬ ਦੂਜਾ ਫਟੇ ਨਾ ਨਸੀਬ ਘਾਟ ਮਾਰਦੀ ਆ ਇਹੋ ਬੰਦਾ ਮਾੜਾ ਨਹੀਂ ਹੁੰਦਾ ਉਹ ਘਾਟ ਮਾਰਦੀ ਆ ਇਹੋ ਬੰਦਾ ਮਾੜਾ ਨਹੀਂ ਹੁੰਦਾ ਭਾਜੀ ਪੜਨਾ ਤਾਂ ਜ਼ਰੂਰੀ ਹੁੰਦਾ ਵਾ ਪਰ ਥੋੜਾ ਬੋੜਾ ਕਦੇ ਪੜ ਲੇਦਾ ਜ਼ਿਆਦਾਤਰ ਮੈਂ ਤੇ ਸਮੇਂ ਦੀ ਨਜ਼ਰੇ ਨੂੰ ਫੜ ਕੇ ਲਿਖਦਾ ਠੀਕ ਹੈ ਜਿੱਦਾਂ ਮੰਨ ਲਓ ਕਿਸੇ ਨਾਲ ਕੁਝ ਤੱਕਾ ਹੋ ਰਿਹਾ ਵਾ ਜਿੱਦਾਂ ਮੰਨ ਲਓ ਆ ਕਿਸਾਨਾਂ ਦੀ ਗੱਲ ਕੀਤੀ ਹੈ ਬੰਨਾ ਤੇ ਆ ਇਹਦਾ ਦਸਵਾਂ ਪਾਤ ਕੀ ਪੜੀਏ ਦੱਸੋ ਕਨੜ ਦੇਖੀਦਾ ਤੇ ਕੰਨ ਨਾਲ ਸੁਣੀਦਾ ਝੂਠਾ ਤੜਾ ਬਾਣਾ ਕਦੇ ਮਿੱਤਰਾਂ ਨਹੀਂ ਬੁਣੀਦਾ ਲੋੜਦਾ ਨਹੀਂ ਮੁੱਲ ਲੋੜ ਪੈਣ ਉਤੇ ਕਹਿੰਦੇ ਕੰਮ ਗਲੀਆਂ ਦੇ ਆ ਜਾਂਦੇ ਕੱਖ ਮਿੱਤਰੋ ਚੁੱਕਣਾ ਚ ਆਕੇ ਕਦੇ ਕਰਨੀ ਪੱਟੀ ਦੇ ਗੱਲਾਂ ਕਹਿੰਦੇ ਨੇ ਸਿਆਣੇ ਸਦਾ ਹੋ ਗੱਲਾਂ ਕਹਿੰਦੇ ਨੇ ਸਿਆਣੇ ਸਦਾ ਸੱਚ ਮਿੱਤਰੋ ਰੌਂਡਾਂ ਦੀ ਗੱਲ ਤੇ ਆ ਕੇ ਸਾਰੀ ਗੱਲ ਮੁੱਕ ਜਾਂਦੀ ਜੇ ਦੋ ਚੀਜ਼ ਆਪਾਂ ਉਹ ਚੀਜ਼ ਦਾ ਨਾਮ ਲਈਏ ਨਾ ਉਹ ਫਿਰ ਸਾਰਾ ਕੁਝ ਦੂਰ ਹੋ ਜਾਂਦਾ ਵਾ ਠੀਕ ਆ ਉਸੇ ਚੀਜ਼ ਦਾ ਸਾਰਾ ਪੰਗਾ ਵਾ ਉਹ ਪੈਸਾ ਹੀ ਇੱਕ ਐਸੀ ਚੀਜ਼ ਆ ਕਿ ਜਿਹੜਾ ਬੰਦੇ ਨੂੰ ਬੰਦੇ ਤੋਂ ਦੂਰ ਕਰ ਦਿੰਦਾ ਵਾ ਥੋੜੇ ਤੇ ਤੁਹਾਨੂੰ ਪਤਾ ਸਪੋਰਟ ਕਿਸੇ ਨੇ ਕੀ ਕਰਨੀ ਬਸ ਜੇ ਕਿਤੇ ਲੋੜ ਪੈਣ ਤੇ ਕੋਈ ਆਪਾਂ ਮਾਨ ਰੱਖ ਕੇ ਆਪਾਂ ਚੀਜ਼ ਕਿਸੇ ਤੋਂ ਬੰਦੇ ਤੋਂ ਮੰਗ ਲੈਨੇ ਆ ਨਾ ਤਾਂ ਉੱਥੇ ਉਹ ਗੱਲ ਮੁਕ ਜਾਂਦੀ ਕਿ ਮੇਨ ਗੱਲ ਪੈਸੇ ਦੀ ਮੁੱਕ ਜਾਂਦੀ ਆ ਪੰਡਤਾਂ ਦੇ ਮੁੰਡੇ ਨਾਲ ਦਿਲ ਜੇ ਵਟਾਏਂਗੀ ਪੈ ਗਿਆ ਜੇ ਪੰਗਾ ਫਿਰ ਕਿਦਨ ਨੂੰ ਜਾਏਂਗੀ ਜੱਟਾਂ ਜਈ ਕਿਤੇ ਸਰਦਾਰੀ ਨਹੀਂ ਹੁੰਦੀ ਜੱਟਾਂ ਜਈ ਕਿਤੇ ਸਰਦਾਰੀ ਨਹੀਂ ਹੁੰਦੀ ਜੱਟਾਂ ਦੇ ਮੁੰਡੇ ਨਾਲ ਦਿਲ ਲਾਲੇ ਬੱਲੀਏ ਜੱਟਾਂ ਵਾਲੀ ਯਾਰੀ ਚ ਗਦਾਰੀ ਨਹੀਂ ਹੁੰਦੀ अच्छा मैं ਤੁਹਾਡੇ ਪਿੰਡ ਦੀ ਗੱਲ ਕਰਦਾ ਤੁਹਾਡੇ ਪਿੰਡ ਦੇ ਨਾਲ ਹੀ ਸਰਜੀਤ ਭੁੱਲਰ ਦਾ ਪਿੰਡ ਹੈ ਅਮਨਿੰਦਰ ਗਿੱਲ ਦਾ ਪਿੰਡ ਹੈ ਤੁਸੀਂ ਬਿਲਕੁਲ ਜਿਹੜਾ ਤੁਸੀਂ ਪਿੰਡ ਦਾ ਆਪਣੇ ਦਾ ਨਾਮ ਲਿਆ ਪੈਣੀ ਗੁਰਮਖ ਸਿੰਘ ਵਾਲਾ ਉਹਦੇ ਲਾਗਲੇ ਪਿੰਡਾਂ ਚੋਂ ਹੀ ਆਣ ਤਾਂ ਉਹਨਾਂ ਤੱਕ ਅਪਰੋਚ ਨਹੀਂ ਕੀਤੀ ਜਾਉ ਉਹਨਾਂ ਤੱਕ ਤੁਹਾਡੇ ਗਾਇਕੀ ਦੀ ਜਿਹੜੀ ਆ ਸਦੰਧ ਪਹੁੰਚੀ ਹੋਵੇ ਤੇ ਕਿਤੇ ਉਹਨਾਂ ਨੇ ਤੁਹਾਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਅੱਜ ਜੇ ਮਿਲਣ ਦਾ ਨਾਮ ਲਈਏ ਤੇ ਉਹ ਕਹਿੰਦੇ ਕਹਿੰਦਿਆਂ ਕਿ ਯਾਰ ਤੁਸੀਂ WhatsApp ਤੇ ਸੈਂਡ ਕਰ ਦਿਓ ਉਹਨਾਂ ਨੇ ਇੱਕ ਮੈਟਰ ਨੂੰ ਫालतू ਸਮਝ ਰੱਖਿਆ ਠੀਕ ਆ। ਜੀ ਉਹਨਾਂ ਨਾਲ ਗੱਲ ਕਰੀ ਨਾ ਕਿ ਹਾਂ ਸਾਰੇ ਤੁਹਾਨੂੰ ਮਿਲ ਕੇ ਗੱਲ ਕਰਨੀ ਹੈ ਫालतू ਸਮਝ ਰੱਖਿਆ ਮੈਟਰ ਨੂੰ ਮਤਲਬ ਕੀ ਮਤਲਬ ਕਿਦਾਂ ਕਮਰਸ਼ੀਅਲ ਮੰਗਦੇ ਨੇ ਜਾਂ ਕੀ ਕੀ ਉਹਨਾਂ ਦੀ ਰਿਕੁਆਇਰਮੈਂਟ ਕੀ ਹੈ ਫਸਟ ਲੋਕ ਪਸੰਦ ਕਰਦੇ ਆ ਪਰ ਜਦੋਂ ਲੋਕਾਂ ਨੂੰ ਪੁੱਛਿਆ ਜਾਂਦਾ ਤਾਂ ਉਹ ਕਹਿੰਦੇ ਉਹ ਤੁਹਾਡੇ ਵਰਗਿਆਂ ਦਾ ਨਾਂ ਲੈਂਦੇ ਆ ਉਹ ਕਹਿੰਦੇ ਜੇ ਚੰਗਾ گاਉਂਦੇ ਤੇ ਅਸੀਂ ਸਾਨੂੰ ਹੌਲੀ ਹੌਲੀ ਆਦਤ ਪਾ ਦੇਣ ਅਸੀਂ ਚੰਗਾ ਸੁਣਾਂਗੇ ਜੇ ਮਾੜਾ ਗਾਉਂਦੇ ਆ ਤਾਂ ਹੀ ਅਸੀਂ ਸੁਣਦੇ ਆ ਤੇ ਜੇ ਤੁਹਾਡੇ ਤੋਂ ਪੁੱਛਿਆ ਜਾਂਦਾ ਤਾਂ ਤੁਸੀਂ ਕਹਿੰਦੇ ਆ ਕਿ ਲੋਕ ਚੰਗਾ ਸੁਣਦੇ ਆ ਤਾਂ ਮੇਰੇ ਖਿਆਲ ਚ ਦੋਹਾਂ ਨੂੰ ਹੀ ਰਲ ਕੇ ਹਮਲਾ ਮਾਰਨਾ ਪੈਣਾ ਜੇ ਇੱਕ ਦੂਜੇ ਤੇ ਇੰਨਾ ਇਲਜ਼ਾਮਤ ਲੱਗਦੇ ਰਹੀ ਤਾਂ ਸ਼ਾਇਦ ਗੱਲ ਨਹੀਂ ਬਣਨੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਮ ਜੀ ਟੈਲੀਕਾਸਟ ਸੇ ਐਮ ਜੀ ਟੈਲੀਕਾਸਟ ਦੇਖ ਰਹੇ ਹੋ तमाम ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨਕੀ ਮਨਜਿੰਦਰ ਕਮਾਨ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਲੈ ਕੇ ਹਾਜ਼ਰ ਆ ਪ੍ਰੋਗਰਾਮ ਸੁਪਨਿਆਂ ਦੀ ਪ੍ਰਵਾਜ਼ ਜਿੱਦਾਂ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਤੁਹਾਨੂੰ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਉਣੇ ਆ ਜਿਨ੍ਹਾਂ ਸ਼ਖਸੀਅਤਾਂ ਦੇ ਅੰਦਰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਹਿੰਮਤ ਹੁੰਦੀ ਹੈ ਤੇ ਉੱਚੀਆਂ ਪ੍ਰਵਾਜ਼ਾਂ ਭਰਦੇ ਨੇ ਉੱਚੀਆਂ ਉਡਾਣਾ ਭਰਦੇ ਨੇ ਅੱਜ ਸਾਡੇ ਨਾਲ ਇਸੇ ਹੀ ਤਰ੍ਹਾਂ ਦੀ ਇੱਕ ਸ਼ਖਸੀਅਤ ਮੌਜੂਦ ਹੈ ਜੋ ਸੰਗੀਤ ਜਗ ਦੇ ਨਾਲ ਤਾਲੁਕਾਤ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਭਿੱਖੀਵੜ ਦੇ ਕੋਲ ਪਿੰਡ ਪੈਂਦਾ ਹੈ ਪੈਣੀ ਗੁਰਮਖ ਸਿੰਘ ਵਾਲਾ ਜਿੱਥੋਂ ਦਾ ਇੱਕ ਨੌਜਵਾਨ ਸਾਡੇ ਨਾਲ ਮੌਜੂਦ ਹੈ ਜੋ ਮਿਹਨਤ ਤੇ ਮਜ਼ਦੂਰੀ ਦਾ ਕੰਮ ਕਰਦਾ ਹੈ ਪਰ ਜੇ ਉਹਦੇ ਗੁਣਾ ਦੀ ਗੱਲ ਕਰੀਏ ਜੇ ਉਹਦੀ ਕਲਾ ਦੀ ਗੱਲ ਕਰੀਏ ਤਾਂ ਵੱਡੇ-ਵੱਡੇ ਕਲਾਕਾਰਾਂ ਨੂੰ maat ਦਿੰਦਾ ਹੈ ਬਹੁਤ ਸਾਰੇ ਗਾਇਕ ਉਹਨਾਂ ਦੇ ਗੀਤ ਗਾ ਵੀ ਚੁੱਕੇ ਨੇ ਤੇ ਖੁਦ ਦਾ ਵੀ ਉਹਨਾਂ ਦਾ ਟਰੈਕ ਹੈ ਜੋ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਤੇ ਸੁਣਨ ਨੂੰ ਮਿਲ ਸਕਦਾ ਹੈ ਹਾਂਜੀ ਦੋਸਤੋ ਮੈਂ ਜ਼ਿਆਦਾ ਸਮਾਂ ਨਾ ਲੈਂਦਿਆਂ ਹੋਇਆ ਮੈਂ ਉਸੇ ਨੌਜਵਾਨ ਨੂੰ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਵਾਉਣਾ ਹੈ ਤੇ ਆਪਾਂ ਸਵਾਗਤ ਕਰਦੇ ਹਾਂ ਉਹਨਾਂ ਦਾ ਪਿੰਦਾ ਬੁੱਟਰ ਉਹਨਾਂ ਦਾ ਨਾਮ ਸਸ਼ੀਕਲ ਪਿੰਦੇਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਐਮ ਜੀ ਟੈਲੀਕਾਸਟ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਐਮ ਜੀ ਟੈਲੀਕਾਸਟ ਪੂਰੀ ਟੀਮ ਮੈਨੇਜਮੈਂਟ ਦਾ ਮੈਂ ਧੰਨਵਾਦ ਕਰਦਾ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਪਿੰਦੇ ਵੀਰ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਮੈਂ ਚਾਹੁੰਗਾ ਕਿ ਆਪਾਂ ਗੱਲਾਂ-ਬਾਤਾਂ ਦੀ ਸ਼ੁਰੂਆਤ ਗੁਫ਼ਤਗੂ ਦੀ ਵਾਰਤਾਲਾਪ ਦੀ ਸ਼ੁਰੂਆਤ ਆਰੰਭਣ ਤੋਂ ਪਹਿਲਾਂ ਤੁਹਾਡੇ ਕਿਸੇ ਗੀਤ ਦੇ ਦਾ ਜ਼ਾਇਕਾ ਸੁਣ ਲੈਂਦੇ ਤਾਂ ਬਹੁਤ ਵਧੀਆ ਹੋਊਗਾ ਮੈਂ ਭਾਜੀ ਅੱਜ ਦੇ ਮਾਹੌਲ ਤੇ ਲਿਖਿਆ ਕੁਛ ਕਿਉਂਕਿ ਇਸ਼ਕ ਮੁਸ਼ਕਿਲ ਬਾਰੇ ਤਾਂ ਬਹੁਤ ਕੁਝ ਲਿਖੀ ਜਾਂਦੇ ਲੋਕ ਤੇ ਮੈਂ ਥੋੜਾ ਜਿਹਾ ਸਮੇਂ ਦੇ ਹਿਸਾਬ ਨਾਲ ਚੱਲਣ ਵਾਲਾ ਇਨਸਾਨ ਹਨਾ ਤੇ ਸਮੇਂ ਦੇ ਹਿਸਾਬ ਤੇ ਕੁਛ ਜਿੱਦਾਂ ਅੱਜ ਕਿਸਾਨਾਂ ਦੇ ਆ ਕਾਨੂੰਨ ਦੇ ਬਾਰੇ ਜਿੱਦਾਂ ਲਾਗੂ ਹੋਇਆ ਉਸ ਬਾਰੇ ਕੁਛ ਚਾਰ ਲਾਈਨ ਲਿਖਿਆ ਮੈਂ ਤੁਹਾਨੂੰ ਸੁਣਾਉਣਾ ਹਾਂਜੀ ਹਾਂਜੀ ਹੂੰ ਹੋ ਮਾਰਤਾ ਕਿਸਾਨ ਸਰਕਾਰ ਮਾੜੀ ਝੂਠੀ ਵਾਦਿਆਂ ਦੀ ਨੀਤ ਦੀ ਏ ਕਾਲੀਏ ਮੇਦ ਦੇ ਦਾਇਰੇ ਵਟਾ ਉੱਤੇ ਸਪਾਂਦੇ ਪਹਿਲਾ ਕਿਸੇ ਪੱਲੇ ਗੁਜਰਹਾ ਜਟਾਂਦੇ ਕਿਨੂੰ ਹਾਲ ਦਸੀਏ ਨਹੀਂ ਲੱਗੇ ਫਟਾਂ ਦਾ ਕਿਨੂੰ ਹਾਲ ਦਸੀਏ ਨਹੀਂ ਲੱਗੇ ਫਟਾਂ ਦਾ ਦਿੱਲੀਏ ਨਾ ਰਜੇ ਖੂਨ ਚੂਸ ਜਟਾਂਦਾ ਹੋ ਦਿੱਲੀਏ ਨਾ ਰਜੇ ਖੂਨ ਚੂਸ ਜਟਾਂਦਾ ਪੈ ਲਗੜੇ ਬਾਜੀ ਫਿਰ ਹੜਾ ਮਾਰਦਾ ਕਿਸਾਨ ਦਾ ਤਾਂ ਸਾਰਾ ਅਕਸ ਵਿਗਾੜਦਾ ਕਿਸਾਨ ਮਰੂ ਰੂਲ ਤੂੰ ਬਣਾਈ ਜਾਨੀਏ ਬੱਲੇ ਸਰਕਾਰੇ ਸਿਰ ਲਾਈ ਜਾਨੀਏ ਸੁਣੇ ਨਾ ਬੁਲਾਰਾ ਸਾਥ ਖੋਲੇ ਹੱਕਾਂ ਦਾ ਸੁਨੇਨਾ ਬੁਲਾਰਾ ਸਤ ਖੋਲੇ ਹੱਕਾਂ ਦਾ ਦਿੱਲੀ ਇਹ ਨ ਰਜੇ ਖੂਨ ਚੂਸ ਜਟਾ ਦਾ ਹਾ ਦਿੱਲੀ ਇਹ ਨ ਰਜੇ ਖੂਨ ਚੂਸ ਜਟਾ ਦਾ ਵਾਹ ਜੀ ਵਾਹ ਬਹੁਤ ਅੱਛੇ ਬੜੀ ਚੰਗੀ ਗੱਲ ਹੈ ਕਿ ਸਮੇ ਦੇ ਹਾਨ ਦਾ ਹੋ ਕੇ ਲਿਖਣਾ ਬਹੁਤ ਘੱਟ ਲੇਖਕਾਂ ਦੇ ਵਿੱਚ ਇਹ ਕਲਾ ਹੁੰਦੀ ਹੈ ਨਹੀਂ ਤਾਂ ਤੁਸੀਂ ਵਾਕਿਆ ਹੀ ਸਹੀ ਕਿਹਾ ਕਿ इश्क मुश्ਕ ਦੇ ਉੱਪਰ ਹਰ ਕੋਈ ਜਣਾ ਖਾਣਾ ਉੱਠਦਾ ਤੇ ਲਿਖ ਲੈਂਦਾ ਹੈ ਨਾ ਪਰ ਸਮਾਜ ਦੇ ਹੱਕਾਂ ਦੀ ਗੱਲ ਕਰਨੀ ਖਾਸ ਕਰਕੇ ਜੋ ਖੇਤੀ ਦਾ ਜੋ ਅੱਜ ਰੌਲਾ ਚੱਲ ਰਿਹਾ ਤੁਸੀਂ ਉਹਦੇ ਆਰਡੀਨੈਂਸ ਦੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਆ ਤਾਂ ਵਧਾਈ ਦੇ ਪਾਤਰੋਂ ਕਿ ਤੁਸੀਂ ਚਿੰਤਾਜਨਕ ਹੋ ਤੁਸੀਂ ਇਹ ਚਿੰਤਾ ਰੱਖਦੇ ਹੋ ਇਹ ਨੌਜਵਾਨ ਨੂੰ ਅੱਜ ਦੀ ਚਿੰਤਾ ਹੈ ਤਾਂ ਪਿੰਡਾ ਬੁੱਟਰ ਜੀ ਮੈਂ ਤੁਹਾਡੇ ਤੋਂ ਸ਼ੁਰੂਆਤ ਕਰਦਾ ਹਾਂ ਗੱਲਾਂ ਬਾਤਾਂ ਦੀ ਪੁੱਛਣ ਦੀ ਕਿ ਇਸ ਗਾਇਕੀ ਦੇ ਖੇਤਰ ਵਿੱਚ ਆਉਣ ਦਾ ਸਵੱਬ ਕਿਦਾਂ ਬਣਿਆ ਗਾਇਕੀ ਦੇ ਖੇਤਰ 'ਚ ਆਉਣ ਦਾ ਸਵੱਬ ਭਾਜੀ ਸ਼ੁਰੂ ਤੋਂ ਹੀ ਆ ਜੋ ਸਕੂਲ ਵਿੱਚ ਪੜ੍ਹਦੇ ਸੀਗੇ ਉਹ ਹੁੰਦਾ ਪਹਿਲਾਂ ਆਪਾਂ ਨੂੰ ਲਿਖਣ ਦੀ ਚਾਹਤ ਲੱਗੀ ਫਿਰ ਗਾਉਣ ਦਾ ਵੀ ਮਾਲਕ ਨੇ ਹਨਰ ਬਖਸ਼ਿਆ ਕਿ ਗਲੇ ਦੇ ਵਿੱਚ ਕੁਦਰਤੀ ਟਿਊਨ ਮਾਲਕ ਨੇ ਪੈਦਾ ਕੀਤੀ ਆ ਫਿਰ ਆਪਾਂ ਇਹਨੂੰ ਤਰਾਸ਼ਿਆ ਵਾ ਤੇ ਮੇਰੇ ਉਸਤਾਦ ਜੀ ਆ ਗਏ ਭਿੱਖੀਵਿੰਡ ਤੋਂ ਮਾਸਟਰ ਲਾਲ ਜੀ ਉਹਨਾਂ ਤੋਂ ਮੈਂ ਇਹ ਤਾਲੀਮ ਹਾਸਲ ਕੀਤੀ ਤੇ ਕਰ ਵੀ ਰਿਹਾ ਹਾਂ ਜੀ ਲਿਖਣ ਦੀ ਚੇਟਕ ਦਾ ਤੁਸੀਂ ਜ਼ਿਕਰ ਕੀਤਾ ਲਿਖਣ ਦੀ ਚੇਟਕ ਦਾ ਅਸਲ ਕਾਰਨ ਕੀ ਸੀ ਵੀ ਜਿੱਥੋਂ ਤੁਹਾਨੂੰ ਲੱਗਿਆ ਕਿ ਯਾਰ ਮੈਨੂੰ ਵੀ ਲਿਖਣਾ ਚਾਹੀਦਾ ਲਿਖਣ ਦਾ ਬਸ ਜਿੱਦਾਂ ਅੱਜ ਕੱਲ ਦਾ ਮਾਹੌਲ ਦੇਖ ਕੇ ਇਦਾਂ ਹੀ ਬਸ ਚਟਕ ਲੱਗੀ ਪਹਿਲਾਂ ਮੈਂ ਗਾਣੇ ਸੁਣਦਾ ਰਿਹਾ ਫਿਰ ਉਹਨਾਂ ਨੂੰ ਮੈਂ ਕਾਪੀ ਤੇ ਲਿਖਣਾ ਫਿਰ ਥੋੜਾ ਥੋੜਾ ਕੁਝ ਦਿਮਾਗ ਦੇ ਵਿੱਚ ਚੱਲਣਾ ਫਿਰ ਮੈਂ ਲਿਖ ਲਿਖ ਕੇ ਦੇਖਣਾ ਉਹ ਥੋੜਾ ਥੋੜਾ ਮੇਰੇ ਦਿਮਾਗ ਦੇ ਵਿੱਚ ਕੁਝ ਲਾਈਨਾਂ ਅਲੱਗ ਤਰੀਕੇ ਦੀ ਤਰੀਆਂ ਆਉਣੀਆਂ ਤੇ ਫਿਰ ਮੈਂ ਸੋਚਿਆ ਕਿ ਆਪਾਂ ਲਿਖ ਸਕਦੇ ਆ ਮਾਲਕ ਦੀ ਕਿਰਪਾ ਨਾਲ ਹਨਾ ਤੇ ਉਹ ਤਾਂ ਫਿਰ ਹੌਲੀ ਹੌਲੀ ਕੰਮ ਚੱਲ ਤੁਸੀਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਇਸ਼ਕ ਮੁਸ਼ਕ ਦੇ ਉੱਪਰ ਹਰ ਕੋਈ ਲਿਖ ਲੈਂਦਾ ਜਿਹੜੀ ਤੁਹਾਨੂੰ ਲਿਖਣ ਦੀ ਚਟਕਾ ਕਿਤੇ ਇਸ਼ਕ ਮੁਸ਼ਕ ਤੋਂ ਤਾਂ ਨਹੀਂ ਲੱਗੀ ਕਿ ਇਹ ਸ਼ੁਰੂਆਤੀ ਦੌਰ ਦੇ ਵਿੱਚ ਹੀ ਤੁਸੀਂ ਸਮਾਜਿਕ ਦੌਰ ਤੋਂ ਲਿਖਣਾ ਸ਼ੁਰੂ ਕੀਤਾ ਸੀ ਨਹੀਂ ਨਹੀਂ ਭਾਜੀ ਆਪਾਂ ਨੂੰ ਇਦਾਂ ਦਾ ਕੋਈ ਚੱਕਰ ਨਹੀਂ ਆਪਾਂ ਤਾਂ ਸਮਾਜ ਦੇ ਹਿਸਾਬ ਨਾਲ ਲਿਖੀਦਾ ਜਦੋਂ ਦਾ ਸਾਕਤ ਚੱਲਦਾ ਹੋਵੇ ਉਦੋਂ ਦਾ ਲਿਖ ਦਈਦਾ ਵਾ ਕਿਉਂਕਿ ਮਾਲਕ ਨੇ ਕਲਾ ਆਪਾਂ ਨੂੰ ਬਖਸ਼ੀ ਆ ਤੇ ਆਪਾਂ ਲਿਖ ਸਕਦੇ ਆ ਹਾਂਜੀ ਤਾਂ ਮੈਂ ਪੁੱਛਣਾ ਚਾਹੂੰਗਾ ਪਿੰਦੇ ਵੀਰ ਕਿ ਪਰਿਵਾਰਕ ਹਾਲਤ ਤੁਹਾਡੀ ਪਰਿਵਾਰਕ ਹਾਲਤ ਕਿੱਥੇ ਸਟੈਂਡ ਕਰਦੀ ਆ ਪਾਜੀ ਆਪਾਂ ਮਿਹਨਤ ਮਜ਼ਦੂਰੀ ਵਾਲੇ ਬੰਦੇ ਆ ਮੇਨ ਗੱਲ ਇਹ ਹੈ ਕਿ ਆਪਾਂ ਮਿਡਲ ਕਲਾਸ ਫੈਮਿਲੀ ਬਿਲੋਂਗ ਕਰਦੇ ਆ ਠੀਕ ਹੈ ਜੀ ਬਸ ਕਰਦੇ ਇਹਨਾਂ ਕਹਿ ਦਿੰਦੇ ਆ ਕਿ ਕੋਈ ਗੱਲ ਨਹੀਂ ਤੁਸੀਂ ਕਰੋ ਕਿਉਂਕਿ ਪੈਸਾ ਲਾਉਣ ਦੀ ਉਹਨਾਂ ਦੇ ਗਜੈਸ ਨਹੀਂ ਹੈਗੀ ਠੀਕ ਹੈ ਹਲਾ ਸ਼ੇਰੀ ਪੂਰੀ ਆ ਸਪੋਰਟ ਪੂਰੀ ਆ ਤੇ ਆਪਾਂ ਉਹਨਾਂ ਨੂੰ ਵੀ ਪਰੇਸ਼ਾਨ ਨਹੀਂ ਕਰੀਦਾ ਸਿਰਫ ਇੱਕ ਬੰਦਾ ਸਾਊਦੀ ਅਰਬ ਤੋਂ ਮੇਰੇ ਨਾਲ ਖੜਾ ਵਾ ਲਾਪਰਾ ਸਲੀਮ ਮੁੰਡਾ ਵਾ ਬੜਾ ਗੁੱਡ ਬੰਦਾ ਵਾ ਤੇ ਆਪਣਾ ਲਾ ਮੋਢੇ ਨਾਲ ਮੋਢਾ ਜੋੜੇ ਖੜਾ ਬਸ ਉਹਦੀ ਸਪੋਰਟ ਆ ਕਿਰਪਾ ਮਾਲਕ ਦੀ ਬਸ ਆਉਣ ਵਾਲੇ ਸਮੇਂ ਤੁਹਾਨੂੰ ਟਰੈਕ ਦੋ ਤਿੰਨ ਆਪਣੇ ਸੋਨ ਨੂੰ ਮਿਲਣਗੇ ਹਾਂਜੀ ਬਹੁਤ ਅੱਛੇ ਸਾਡੀਆਂ ਵੀ ਤੁਹਾਡੇ ਲਈ ਦੁਆਵਾਂ ਕਿ ਤੁਹਾਡੇ ਜਿਹੜੇ ਆਉਣ ਵਾਲੇ ਟਰੈਕ ਹੈ ਉਹ ਦਰਸ਼ਕਾਂ ਦੇ ਦਿਲਾਂ ਦੇ ਵਿੱਚੋਂ ਦੀ ਹੋ ਕੇ ਲੰਘਣ ਤੇ ਮੈਂ ਚਾਹੂੰਗਾ ਕਿ ਤੁਸੀਂ ਆਪਣਾ ਕੋਈ ਇੱਕ ਗੀਤ ਹੋਰ ਸੁਣਾਓ ਕਿਉਂਕਿ ਮੇਰਾ ਤੁਹਾਡੇ ਨਾਲ ਜਦੋਂ ਮੈਂ ਇੰਟਰਵਿਊ ਤੋਂ ਪਹਿਲਾਂ ਮਿਲਿਆ ਸੀ ਬਾਈ ਜੀ ਨੂੰ ਤੇ ਮੇਰੇ ਜ਼ੈਨ ਦੇ ਵਿੱਚ ਇਹ ਸੀ ਕਿ ਮੈਂ ਤੁਹਾਡੇ ਤੋਂ ਤੁਹਾਡਾ ਮੈਟਰ ਬਹੁਤ ਵਧੀਆ ਤੁਹਾਡੇ ਤੋਂ ਗੀਤ ਜ਼ਿਆਦਾ ਸੁਣਾ ਤੇ ਇਹ ਗੱਲਾਂ ਬਾਤਾਂ ਕੱਟ ਕਰਾਂ ਤਾਂ ਮੈਂ ਚਾਹੂੰਗਾ ਕਿ ਕੋਈ ਵਧੀਆ ਜਿਹਾ ਗੀਤ ਹਾਂਜੀ ਵੈ ਮੈਂ ਤੁਹਾਨੂੰ ਨਾ ਇੱਕ ਚੀਜ਼ ਐਸੀ ਸੁਣਾਉਂਗਾ ਕਿ ਆਪਾਂ ਹਰ ਇੱਕ ਜਿੱਦਾਂ ਮਤਲਬ ਹਰ ਇੱਕ ਇਨਸਾਨ ਦੀ ਗਾਣੀ ਆ ਕਿ ਉਹ ਜ਼ਿੰਦਗੀ ਵਿੱਚ ਕੀ ਕੀ ਠੱਗਦਾ ਹੈ ਹਨਾ ਤੇ ਆਪਾਂ ਸਾਰੇ ਉਹ ਹਿਸਾਬ ਆ ਠੱਗਣ ਵਾਲੇ ਹਿਸਾਬ ਆ ਤੇ ਉਹ ਕਿਹੜੇ ਕਿਹੜੇ ਹਿਸਾਬ ਨਾਲ ਠੱਗਦਾ ਮੈਂ ਤੁਹਾਨੂੰ ਇੱਕ ਚੀਜ਼ ਸੁਣਾਉਣਾ ਵਾ ਉਹ ਤੁਸੀਂ ਆਪੇ ਹਿਸਾਬ ਲਾ ਲਿਓ ਠੀਕ ਹੈ ਜੀ ਹਾਂਜੀ ਤੇ ਹਮ ਹੋਏ ਇਸ ਦੁਨੀਆ ਚ ਸਾਰੇ ਠੱਗ ਵਸਦੇ ਤੇ ਜਿੱਥੇ ਦਾ ਲੱਗੇ ਲੈਂਦਾ ਏ ਮਾਰ ਠੱਗੀ ਤੇ ਕੋਈ ਦੌਲਤ ਸ਼ੌਹਰਤ ਠੱਗਦਾ ਏ ਤੇ ਕੋਈ ਫਿਰਦਾ ਏ ਦਿਲਦਾਰ ਠੱਗੀ ਤੇ ਯਾਰ ਯਾਰ ਦੀ ਯਾਰੀ ਨੂੰ ਠੱਗੀ ਫਿਰਦਾ ਤੇ ਪੁੱਤ ਫਿਰਦਾ ਏ ਮਾਂ ਦਾ ਪਿਆਰ ਠੱਗੀ ਜੇ ਜਿਹੜਾ ਕਿਸੇ ਨੂੰ ਦੇਖ ਕੇ ਮੱਚਦਾ ਏ ਤਨਮਨ ਉਹਨਾਂ ਦੇ ਦਿੰਦੀ ਏ ਸਾੜ ਠੱਗੀ ਜਿਹਦੇ ਗਵਾੜ ਵਿੱਚ ਜਿਹੋ ਜਿਆ ਠੱਗ ਰਹਿੰਦਾ ਤੇ ਰੰਗ ਉਹੋ ਜਿਆ ਲੈਂਦੀ ਏ ਝਾੜ ਠੱਗੀ ਤੇ ਰੰਗ ਉਹੋ ਜਿਆ ਲੈਂਦੀ ਏ ਝਾੜ ਠੱਗੀ ਹੋਪਿੰਦੇ ਬਟਰਾ ਗੱਲ ਤੇ ਗੌਰ ਕਰ ਲੈ ਤੇ ਗੱਲਾਂ ਚੰਗੀਆਂ ਫਿਰਨ ਸਤਕਾਰ ਠਗੀ ਜਿਹੜਾ ਆਪਣੇ ਆਪ ਨੂੰ ਠੱਗ ਲੈਂਦਾ ਤੇ ਉਹ ਪਿੰਦਿਆ ਫਿਰਨ ਕਰਤਾ ਹਾਰ ਠਗੀ ਹੋ ਜਿਵੇਂ ਫਸਲਾਂ ਨੂੰ ਗੜੇ ਬਾਜੀ ਮਾਰਦੀ ਤੇ ਜਿਵੇਂ ਜਾਣ ਕੋਈ ਦੁੱਖ ਅੱਗੇ ਹਾਰਦੀ ਹੋ ਤਕੜਾ ਮੜੇ ਦਾ ਹੱਕ ਦੱਬੀ ਫਿਰਦਾ ਇਹੀ ਕੁਝ ਤੱਕਦਾ ਮੈਂ ਬੜੇ ਚਿਰ ਦਾ ਕਰਤੇ ਬਿਆਨ ਜੋ ਹਾਲਾਤ ਵੇਖੇ ਮੈਂ ਕਰਤੇ ਵਿਆਹਣ ਚ ਹਾਲਾਤ ਵੇਖ ਮੈਂ ਸੁੱਕਿਆ ਪਿਆ ਇਹ ਫੁੱਲ ਜੋ ਗੁਲਾਬ ਦਾ ਸੋਨੇ ਦੀ ਚਿੜੀ ਸੀ ਜਿਨੂੰ ਆਖਦੇ ਬਰਾਹਲ ਹੋਇਆ ਪਿਆ ਮੇਰੇ ਪੰਜਾਬ ਦਾ ਬਰਾਹਲ ਹੋਇਆ ਪਿਆ ਮੇਰੇ ਪੰਜਾਬ ਦਾ ਹਾ ਲੀਡਲਾਂ ਨੂੰ ਕੁਰਸੀ ਦੇ ਮਸਲੇ ਕੋਈ ਮਰਦਾ ਗਰੀਬ ਭੁੱਖਾ ਮਰ ਜੇ ਹੱਕ ਤਿੱਖਾਰਾ ਸੰਗ ਇੱਥੇ ਰਲੀ ਫਿਰਦੀ ਸਾਰੇ ਆਪਣਾ ਹੀ ਟੜ ਇੱਥੇ ਪਰਦੇ ਕੌਡੀ ਮੁੱਲ ਪਿਆਣਾ ਸ਼ਹੀਦਾ ਸਿੰਘਾਂ ਦਾ ਕੌਡੀ ਮੁੱਲ ਪਿਆਣਾ ਸ਼ਹੀਦਾ ਸਿੰਘਾਂ ਦਾ ਅੱਖਾਂ ਬੰਦ ਕਰਕੇ ਜੋ ਦੇਖੇ ਹੋਏ ਖਾਬ ਦਾ ਸੋਨੇ ਦੀ ਚਿੜੀ ਸੀ ਜਿੰਨੂੰ ਆਖ ਦੇ ਅੱਜ ਬੁਰਾ ਹਾਲ ਹੋਇਆ ਮੇਰੇ ਪੰਜਾਬ ਦਾ ਸੱਜ ਬੁਰਾ ਹਾਲ ਹੋਇਆ ਮੇਰੇ ਪੰਜਾਬ ਦਾ ਥੈਂਕ ਯੂ ਜੀ ਬਹੁਤ ਅੱਛੇ ਪੰਜਾਬ ਦੇ ਤਰਾਸ ਦੀ ਹਾਲਤ ਦੀ ਗੱਲ ਕੀਤੀ ਆ ਪਿੰਦਾ ਬੁੱਟਰ ਜੀ ਤੁਸੀਂ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਨੌਜਵਾਨੀ ਉਮਰ ਦੇ ਵਿੱਚ ਚਿੰਤਾਜਨਕ ਪੰਜਾਬ ਦੇ ਮਾੜੇ ਹਾਲਾਤਾਂ ਦੇ ਲਈ ਤੇ ਤੁਹਾਡਾ ਗੀਤ ਵੀ ਬਹੁਤ অতি ਖੂਬਸੂਰਤ ਸੀ ਤਾਂ ਪਿੰਦਾ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਤੁਹਾਨੂੰ ਮਾਲਕ ਨੇ ਆਵਾਜ਼ ਵੀ ਬਹੁਤ ਸੋਹਣੀ ਬਖਸ਼ੀ ਹੈ ਹੈਨਾ ਤਾਂ ਲਿਖਣ ਦਾ ਜ਼ਿਆਦਾ ਸ਼ੌਕ ਹੈ ਜਾਂ ਗਾਉਣ ਦਾ ਜ਼ਿਆਦਾ ਸ਼ੌਕ ਹੈ ਇਹ ਤੇ ਭਾਜੀ ਹੁਣ ਦੋਵੇਂ ਚੀਜ਼ਾਂ ਬਰਾਬਰ ਹੀ ਆ ਆਪਾਂ ਸਮੇਂ ਦੀ ਨਵਜ ਨੂੰ ਫੜ ਲਈਦਾ ਵਾ ਠੀਕ ਹੈ ਜੀ ਜਿੱਦਾਂ ਦਾ ਮਾਹੌਲ ਹੋਵੇ ਉਦੋਂ ਦਾ ਆਪਾਂ ਕੰਮ ਕਰ ਲਈਦਾ ਵਾ ਤੇ ਗਾਉਣ ਦਾ ਵੀ ਉਨਾ ਹੀ ਆ ਲਿਖਣ ਦਾ ਵੀ ਉਨਾ ਹੀ ਤੇ ਨਾਲ ਨਾਲੇ ਕੰਮ ਚੱਲੀ ਜਾਂਦਾ ਬਸ ਦੋਵੇਂ ਹਾਂਜੀ ਤਾਂ ਕਿਹੜੇ ਕਿਹੜੇ ਸਿੰਗਰ ਨੂੰ ਤੁਹਾਡੇ ਜਿਹੜੇ ਗੀਤ ਆ ਉਹ ਤੁਹਾਡੇ ਲਫ਼ਜ਼ਾਂ ਨੂੰ ਕਿਹੜਾ ਕਿਹੜਾ ਸਿੰਗਰ ਆਵਾਜ਼ ਦੇ ਚੁੱਕਿਆ ਦੱਸੋਗੇ ਕੁਝ ਤੇ ਲੁਧਿਆਣੇ ਤੋਂ ਭਾਜੀ ਅਗਰਵਿੰਦਰ ਨੋਤੇ ਉਹਨਾਂ ਦਾ ਪਹਿਲਾ ਮੇਰਾ 2016 ਦੇ ਵਿੱਚ ਗਾਣਾ ਸੀਗਾ ਬੰਦਾ ਮਾੜਾ ਮੈਂ ਤੁਹਾਨੂੰ ਸੁਣਾਉਣਾ ਚਾਹਦਿਆਂ ਚੰਦ ਲੈਣਾ ਹਾਂਜੀ ਹਾਂਜੀ ਜੀ ਹੋ ਹਯਾਰ ਦੇਖੇ ਹੱਲਾ ਸ਼ੇਰੀਆਂ ਪਿਛਾ ਹਟ ਜਾਣ ਗੁੱਡੀ ਅੰਬਰਾਂ ਤੇ ਚੜਦੀ ਦੀ ਢੋਰ ਕੱਟ ਜਾਣ ਹੋ ਹਯਾਰ ਦੇਖੇ ਹੱਲਾ ਸ਼ੇਰੀਆਂ ਪਿਛਾ ਹਟ ਜਾਣ ਗੁੱਡੀ ਅੰਬਰਾਂ ਤੇ ਚੜਦੀ ਦੀ ਢੋਰ ਕੱਟ ਜਾਣ ਹੋ ਗੱਲਾਂ ਇਹਨਾਂ ਦੇ ਵਾ ਬਿਨਾ ਕੋਈ ਸਾੜਾ ਨਹੀਂ ਹੁੰਦਾ ਓ ਇੱਕ ਹੋਵੇ ਨਾ ਗਰੀਬ ਦੂਜਾ ਫਟੇ ਨਾ ਨਸੀਬ ਕਾਟ ਮਾਰਦੀ ਆ ਇਹੋ ਬੰਦਾ ਮਾੜਾ ਨਹੀਂ ਹੁੰਦਾ ਹੋਵੇ ਨਾ ਗਰੀਬ ਦੂਜਾ ਫਟੇ ਨਾ ਨਸੀਬ ਕਾਟ ਮਾਰਦੀ ਆ ਇਹੋ ਬੰਦਾ ਮਾੜਾ ਨਹੀਂ ਹੁੰਦਾ ਹੋ ਕਾਟ ਮਾਰਦੀ ਆ ਇਹੋ ਬੰਦਾ ਮਾੜਾ ਨਹੀਂ ਹੁੰਦਾ ਤੇ ਇੱਕ ਹੈਗਾ ਸੀਗਾ ਹੈਪੀ ਰਾਣਾ ਮੁੰਡਾ ਲੁਧਾਣੇ ਤੋਂ ਵੀ ਉਹਨਾਂ ਨੇ ਗਾਇਆ ਸੌ ਪੁੱਤ ਗਾਣਾ ਉਹ ਹੈਗਾ ਕਹਿੰਦਾ ਹੋ ਬੇਬੇ ਰੱਖ ਦੀ ਖਿਆਲ ਸੌ ਪੁੱਤ ਦਾ ਬੇਬੇ ਰੱਖ ਦੀ ਖਿਆਲ ਸਉ ਪੁੱਤ ਦਾ ਕਿ ਨਜ਼ਰੋਂ ਬਚਾ ਕੇ ਰਖੀਏ ਹੋ ਦੂਜੇ ਪਾਸੇ ਲੜਾਸ ਕਿ ਮਲਾਉਂਦੀਆਂ ਹੋ ਮੁੰਡਾ ਕਿਵੇਂ ਪੱਟੀਏ ਦੂਜੇ ਪਾਸੇ ਲੜਾਸ ਕਿ ਮਲਾਉਂਦੀਆਂ ਹੋ ਮੁੰਡਾ ਕਿਵੇਂ ਪੱਟੀਏ ਵਾਜੀ ਵਾ ਬਹੁਤ ਅੱਛੇ ਸਮੇਂ ਦੀ ਨਵਜ਼ ਫੜਦੇ ਹੋ ਤੁਸੀਂ ਬਿੰਦਾ ਜੀ ਤਾਂ ਮੈਂ ਪੁੱਛਣਾ ਚਾਹੂੰਗਾ ਕਿ ਅਕਸਰ ਤੁਸੀਂ ਜਿੰਨਾ ਸਿੰਗਰਾਂ ਨੂੰ ਗੀਤ ਦਿੱਤੇ ਆ ਤੁਸੀਂ ਦੱਸਿਆ ਕਿ ਮੈਂ ਮਿਹਨਤ ਜਾਂ ਮਜ਼ਦੂਰੀ ਦਾ ਕੰਮ ਕਰਦਾ ਜੇ ਤੱਕ ਵੀ ਹੈ ਨਾ ਤਾਂ ਕਿਸੇ ਨੇ ਤੁਹਾਡੀ ਬਾਹ ਨਹੀਂ ਫੜੀ ਤੁਹਾਨੂੰ ਕੋਈ ਪੰਜੀ ਦਾਸੀ ਦਿੱਤੀ ਆ ਜਾਂ ਨਹੀਂ ਦਿੱਤੀ ਪੰਜੀ ਦਾਸੀ ਭਾਜੀ ਇਦਾਂ ਹੀ ਆ ਬੰਦਾ ਮਾੜਾ ਸੌਂਗਾ ਆਪਣਾਇਆ ਸੀਗਾ ਉਸ ਤੋਂ ਭਾਈ ਨੇ ਆਪਾਂ ਨੂੰ 10000 ਰੁਪਏ ਦਿੱਤਾ ਸੀ ਤੇ ਉਸ ਤੋਂ ਬਾਅਦ ਦੋ ਤਿੰਨ ਸੰਗਰਾਂ ਨੂੰ ਗਾਏ ਗਾਣਾ ਗਾਏ ਆ ਪਰ ਨਹੀਂ ਉਹ ਸਪੋਰਟ ਨਹੀਂ ਕੀਤੀ ਉਹਨਾਂ ਨੇ ਕਿਸ ਤਰ੍ਹਾਂ ਦੀ ਸਪੋਰਟ ਨਹੀਂ ਕੀਤੀ ਵੀ ਤੁਹਾਨੂੰ ਅੱਗੇ ਪ੍ਰਮੋਟ ਨਹੀਂ ਕੀਤਾ ਜਾਂ ਵੀ ਕੋਈ ਚਾਰ ਪੰਜ ਜਿੱਦਾਂ ਕੋਈ ਕੋਈ ਦਮੜਾ ਵੀ ਨਹੀਂ ਦਿੱਤਾ ਦਮੜਨ ਦੀ ਗਲਤੀ ਜਾ ਕੇ ਸਾਰੀ ਗੱਲ ਮੁੱਕ ਜਾਂਦੀ ਜੇ ਉਹ ਚੀਜ਼ ਆਪਾਂ ਉਹ ਚੀਜ਼ ਦਾ ਨਾਮ ਲਈਏ ਨਾ ਉਹ ਫਿਰ ਸਾਰਾ ਕੁਝ ਦੂਰ ਹੋ ਜਾਂਦਾ ਠੀਕ ਹੈ ਉਸੇ ਚੀਜ਼ ਦਾ ਸਾਰਾ ਪੰਗਾ ਵਾ ਉਹ ਪੈਸਾ ਹੀ ਇੱਕ ਐਸੀ ਚੀਜ਼ ਆ ਕਿ ਜਿਹੜਾ ਬੰਦੇ ਨੂੰ ਬੰਦੇ ਤੋਂ ਦੂਰ ਕਰ ਦਿੰਦਾ ਵਾ ਥੋੜੇ ਤੇ ਤੁਹਾਨੂੰ ਪਤਾ ਸਪੋਰਟ ਕਿਸੇ ਨੇ ਕੀ ਕਰਨੀ ਬਸ ਜੇ ਕਿਤੇ ਲੋੜ ਪੈਣ ਤੇ ਕੋਈ ਆਪਾਂ ਮਾਨ ਰੱਖ ਕੇ ਆਪਾਂ ਚੀਜ਼ ਕਿਸੇ ਤੋਂ ਬੰਦੇ ਤੋਂ ਮੰਗ ਲੈਨੇ ਆ ਨਾ ਤਾਂ ਉੱਥੇ ਉਹ ਗੱਲ ਮੁੱਕ ਜਾਂਦੀ ਕਿ ਮੇਨ ਗੱਲ ਪੈਸੇ ਦੀ ਮੁੱਕ ਜਾਂਦੀ ਹੈ ਹਾਂਜੀ ਤਾਂ ਤੁਸੀਂ ਆਪਣਾ ਜੋ ਇੰਨੇ ਤੁਹਾਡੇ ਵਧੀਆ ਗੀਤ ਲਿਖੇ ਹੋਏ ਆ ਹਨ ਤੁਹਾਨੂੰ ਆਪਣੀ ਤੁਹਾਡੀ ਆਵਾਜ਼ ਪਰਮਾਤਮਾ ਵੱਲੋਂ ਇੱਕ ਬਖਸ਼ਿਸ਼ ਆ ਤੁਹਾਨੂੰ ਤਾਂ ਤੁਸੀਂ ਕੰਪਨੀਆਂ ਤੱਕ ਕੋਈ ਅਪਰੋਚ ਕਰਨ ਦੀ ਹਿੰਮਤ ਨਹੀਂ ਕੀਤੀ ਕੀਤੀ ਆ ਭਾਜੀ ਆਪਾਂ ਉਹ ਆਪਾਂ ਉਹਨਾਂ ਨੂੰ ਫੋਨ ਕਰੀਦਾ ਵਾ ਤੇ ਉਹ ਅਚਾਨਕ ਐਸਾ ਕਹਿ ਦਿੰਦੀ ਆ ਕਿ ਯਾਰ ਤੁਸੀਂ ਵਟਸਐਪ ਸੈਂਡ ਕਰ ਦੋ ਗਾਣਾ ਤੁਸੀਂ ਐਦਾਂ ਕਰ ਦੋ ਆਪਾਂ ਮਿਲਣ ਦਾ ਕਹਿੰਨੇ ਆ ਉਹ ਕਹਿੰਦੇ ਨਹੀਂ ਤੁਸੀਂ ਵਟਸਐਪ ਤੇ ਕਰ ਦੋ ਫਿਰ ਉਹ ਮਜ਼ਾ ਨਹੀਂ ਆਉਂਦਾ ਇਸ ਕਰਕੇ ਆਪਾਂ ਖੁਦ ਹੀ ਜਵਾਬ ਦੇ ਦਈਦੇ ਤਾਂ ਹੁਣ ਆਪਾਂ ਇੱਕ ਵਾਰ ਸਾਸ ਰੱਖੀ ਆ ਕਿ ਆਪਾਂ ਖੁਦ ਹੀ ਮੈਟਰ ਗੋਣਾ ਆਪਾਂ ਕਿਸੇ ਨੂੰ ਵੀ ਨਹੀਂ ਦੇਣਾ ਜੇ ਕੋਈ ਆ ਬੰਦਾ ਵਧੀਆ ਆਪਾਂ ਨੂੰ ਮਿਲੂਗਾ ਫਿਰ ਆਪਾਂ ਉਹਦੇ ਨਾਲ ਕਰ ਲਾਂਗੇ ਕੰਪਰਮਾਈਜ਼ ਤੇ ਨਹੀਂ ਨਹੀਂ ਤਾਂ ਤੁਸੀਂ ਕਹਿੰਦੇ ਮੈਂ ਹੁਣ ਇੱਕ ਖੁਦ ਆਸ ਰੱਖੀ ਆ ਹਨਾ ਮੈਂ ਖੁਦ ਮੈਟਰ ਗਾਉਣਾ ਤੇ ਅਸੀਂ ਵੀ ਤੁਹਾਡਾ ਤੁਹਾਨੂੰ ਰੂਬਰੂ ਕਰ ਰਹੇ ਹਾਂ ਤੇ ਮੈਂ ਚਾਹੁੰਗਾ ਕਿ ਇਹ ਵੀ ਇੱਕ ਵਧੀਆ ਪਲੇਟਫਾਰਮ ਆ ਤੁਸੀਂ ਆਪਣਾ ਕੋਈ ਇੱਕ ਦਾ ਗੀਤ ਜਰੂਰ ਸਾਡੇ ਨਾਲ ਹੋਰ ਸਾਂਝਾ ਕਰੋ ਹਾਂਜੀ ਮੈਂ ਨਾ ਤੁਹਾਨੂੰ ਇੱਕ ਗਾਣਾ ਸੁਣਾਉਣਾ ਵਾ ਤੇ ਆਪਾਂ ਕਿਸੇ ਜਾਤੀ ਧਰਮ ਤੇ ਉਹ ਗੱਲ ਨਹੀਂ ਕੀਤੀ ਠੀਕ ਆ ਉਹ ਸਿਰਫ ਆਪਾਂ ਇੱਕ ਦਿਲ ਦੇ ਜਜ਼ਬਾਤ ਆ ਕਿ ਆਪਾਂ ਉਹ ਆਪਣੇ ਸੱਜਣ ਬੇਲੀ ਵੀ ਬੜੇ ਹਰ ਇੱਕ ਧਰਮ ਦੇ ਬੰਦੇ ਹੈਗੇ ਆਪਣੇ ਸੱਜਣ ਬੇਲੀ ਸਾਰੇ ਹੈਗੇ ਠੀਕ ਆ ਤੇ ਆਪਾਂ ਜਾਤ ਪਾਤ ਦਾ ਕਦੀ ਵੀ ਇਦਾਂ ਦਾ ਸਿਸਟਮ ਨਹੀਂ ਰੱਖਿਆ ਤੇ ਉਹ ਆਪਾਂ ਇੱਕ ਬਸ ਇਦਾਂ ਹੀ ਇੱਕ ਛੋਟਾ ਜਿਹਾ ਲ ਹੋ ਸਾਡੇ ਨਾਲ ਲਹੂਣੀਆਂ ਤਾਂ ਲਾੜੇ ਅਲੜੇ ਨਿਭਉਣੀਆਂ ਤਾਂ ਮਨ ਸਮਝਾਣੇ ਅਲੜੇ ਹੋ ਸਾਡੇ ਨਾਲ ਲਹੂਣੀਆਂ ਤਾਂ ਲਾੜੇ ਅਲੜੇ ਨਿਭਉਣੀਆਂ ਤਾਂ ਮਨ ਸਮਝਾਣੇ ਅਲੜੇ ਕਿਉਂਕਿ ਸਾਰੀ ਕਿਤੇ ਉਮਰ ਕਵਾਰੀ ਨਹੀਂ ਹੁੰਦੀ ਸਾਰੇ ਕਿਤੇ ਉਮਰ ਕਵਾਰੀ ਨਹੀਂ ਹੁੰਦੀ ਜੱਟਾਂ ਦੇ ਮੁੰਡੇ ਨਾਲ ਦਿਲ ਲਾੜੇ ਬੱਲੀਏ ਜੱਟਾਂ ਵਾਲੀ ਯਾਰੀ 'ਚ ਗਦਾਰੀ ਨਹੀਂ ਹੁੰਦੀ ਜੱਟਾਂ ਦੇ ਮੁੰਡੇ ਨਾਲ ਦਿਲ ਲਾੜੇ ਬੱਲੀਏ ਜੱਟਾਂ ਵਾਲੀ ਯਾਰੀ 'ਚ ਗਦਾਰੀ ਨਹੀਂ ਹੁੰਦੀ ਪੰਡਤਾਂ ਦੇ ਮੁੰਡੇ ਨਾਲ ਦਿਲ ਜੇ ਵਟਾਏਂਗੀ ਪੈ ਗਿਆ ਜੇ ਪੰਗਾ ਫਿਰ ਕਿੱਧਰ ਨੂੰ ਜਾਏਗੀ ਪੰਡਤਾਂ ਦੇ ਮੁੰਡੇ ਨਾਲ ਦਿਲ ਜੇ ਵਟਾਏਂਗੀ ਪੈ ਗਿਆ ਜੇ ਪੰਗਾ ਫਿਰ ਕਿਦੋਂ ਨੂੰ ਜਾਏਂਗੀ ਕਿਉਂਕਿ ਜੱਟਾਂ ਜਹੇ ਕਿਤੇ ਸਰਦਾਰੀ ਨਹੀਂ ਹੁੰਦੀ ਜੱਟਾਂ ਜਹੇ ਕਿਤੇ ਸਰਦਾਰੀ ਨਹੀਂ ਹੁੰਦੀ ਜੱਟਾਂ ਦੇ ਮੁੰਡੇ ਨਾਲ ਦਿਲ ਲਾਲੇ ਬੱਲੀਏ ਜੱਟਾਂ ਵਾਲੀ ਯਾਰੀ 'ਚ ਗਦਾਰੀ ਨਹੀਂ ਹੁੰਦੀ ਜੱਟਾਂ ਦੇ ਮੁੰਡੇ ਨਾਲ ਦਿਲ ਲਾਲੇ ਬੱਲੀਏ ਜੱਟਾਂ ਵਾਲੀ ਯਾਰੀ 'ਚ ਗਦਾਰੀ ਨਹੀਂ ਹੁੰਦੀ ਹਾਂਜੀ ਬਹੁਤ ਅੱਛੇ ਬਹੁਤ ਅੱਛੇ ਆਵਾਜ਼ ਵੀ ਤੁਹਾਡੀ ਖੂਬਸੂਰਤ ਹੈ ਤੇ ਨਾਲ ਸ਼ਬਦਾਂ ਦਾ ਵੀ ਜੋ ਸਹਾਰਾ ਲੈਨੇ ਹੋ ਤੇ ਉਹ ਵੀ ਬਾ ਕਮਾਲ ਨੇ ਪਿੰਦੇ ਵੀਰ ਮੈਂ ਪੁੱਛਣਾ ਚਾਹੂੰਗਾ ਕਿ ਰਿਆਜ਼ ਕਿਦਾਂ ਸੰਭਵ ਹੁੰਦਾ ਹੈ ਕਿਉਂਕਿ ਤੁਸੀਂ ਜ਼ਿਕਰ ਕੀਤਾ ਹੈ ਕਿ ਮੈਂ ਮਜ਼ਦੂਰੀ ਦਾ ਕੰਮ ਕਰਦਾ ਤਾਂ ਤੁਹਾਡਾ ਸਾਰਾ ਵਕਤ ਉਧਰ ਲੰਘ ਜਾਂਦਾ ਹੋਊਗਾ ਹਨਾ ਤਾਂ ਬੜਾ ਘੱਟ ਸਮਾਂ ਮਿਲਦਾ ਹੋਊਗਾ ਕਿਦਾਂ ਸੰਭਵ ਹੁੰਦਾ ਹੈ ਰਿਆਜ਼ ਪਾਜੀ ਮਜ਼ਦੂਰੀ ਵੀ ਤੁਹਾਨੂੰ ਪਤਾ ਘਰ ਚਲਾਉਣ ਵਾਸਤੇ ਸਾਰਾ ਕੁਝ ਕਰਨਾ ਪੈਂਦਾ ਹਨਾ ਮਿਹਨਤ ਸਿਰਫ ਐਸਾ ਕਿ ਮਜਦੂਰੀ ਜ਼ਰੂਰੀ ਆਪਾਂ ਨੂੰ ਘਰ ਚਲਾਉਣ ਵਾਸਤੇ ਹਨ ਪਰ ਮੈਂ ਰਿਆਜ਼ ਨੂੰ ਰਿਆਜ਼ ਸਮਝਦਾ ਮੈਂ ਉਹਦੇ ਵਾਸਤੇ ਟਾਈਮ ਕੱਢਦਾ ਭਾਵੇਂ ਮੈਨੂੰ ਕਿੰਨੀ ਵੀ ਨੀਂਦ ਆਈ ਹੋਵੇ ਨਾ ਉਹਦੇ ਵਾਸਤੇ ਮੈਂ ਟਾਈਮ ਜ਼ਰੂਰੀ ਕੱਢਣਾ ਕੱਢਣਾ ਵਾ ਕਿਉਂਕਿ ਰਿਆਜ਼ ਨਹੀਂ ਮੈਂ ਛੱਡਦਾ ਕਿਉਂਕਿ ਮੈਂ ਜਿੰਨਾ ਚਿਰ ਵੀ ਮੈਨੂੰ ਸਿੱਖਦਣ ਹੋ ਗਿਆ ਕਿਤੇ ਮੈਂ ਇੱਕ ਦਿਨ ਵੀ ਮਿਸਟੇਕ ਕਰਦਾ ਨਾ ਤੇ ਮੈਨੂੰ ਇਹ ਲੱਗਦਾ ਕਿ ਮੈਂ ਦੱਸ ਦਿਆਂ ਰਿਆਜ਼ ਨਹੀਂ ਕੀਤਾ ਇਸ ਕਰਕੇ ਮੈਂ ਕਿੰਨਾ ਵੀ ਥੱਕਿਆ ਰੁਟਿਆ ਕੰਮ ਤੋਂ ਆਈਏ ਪਰ ਮੈਂ ਰਿਆਜ਼ ਨੂੰ ਟਾਈਮ ਦੇਣਾ ਹੀ ਦੇਣਾ ਵਾ ਹਾਂਜੀ ਬਹੁਤ ਚੰਗੀ ਗੱਲ ਹੈ ਕਿਉਂਕਿ ਅੱਜ ਕੱਲ ਦੇ ਜਿਹੜੇ ਸਿੰਗਰ ਆ ਰਹੇ ਆ ਉਹ ਥੋੜਾ ਬਹੁਤ ਆਧਾ ਕਿਲਾ ਕਿਲਾ ਵੇਚ ਕੇ ਸਿੰਗਰ ਬਣ ਜਾਂਦੇ ਆ ਪਰ ਉਹਨਾਂ ਨੂੰ ਗਾਇਕੀ ਦੀਆਂ ਬਰੀਕੀਆਂ ਬਾਰੇ ਕੁਝ ਨਹੀਂ ਪਤਾ ਹੁੰਦਾ ਤੇ ਜੇ ਤੁਸੀਂ ਇਹ ਚੀਜ਼ ਸੋਚਦੇ ਹੋ ਤੇ ਮੇਰੇ ਖਿਆਲ ਚ ਜੇ ਇਦਾਂ ਸੋਚਦੇ ਹੋ ਕਿ ਤਾਂ ਹੀ ਕਲਮ ਵੀ ਤੁਹਾਡੇ ਕੋਲੇ ਬੜੀ ਚੰਗੀ ਆ ਤਾਂ ਗਾਇਕੀ ਦਾ ਜਿਹੜਾ ਅਗਲਾ ਆਉਣ ਵਾਲਾ ਪ੍ਰਵੇਖ ਹੈ ਸ਼ਾਇਦ ਹੋ ਸਕਦਾ ਹੈ ਕਿ ਤੁਸੀਂ ਕੁਝ ਚੰਗਾ ਜਾਂ ਸਮਾਜਿਕ ਗਾਉ ਨਹੀਂ ਤਾਂ ਨੱਚਣ ਟੱਪਣ ਵਾਲਾ ਤੇ ਵੱਡਣ ਵਾਲਾ ਤੇ ਕਿਰਪਾਨਾਂ ਦੇ ਰੋਟੀਆਂ ਰੱਖ ਕੇ ਖਾਣ ਵਾਲਾ ਉਹ ਤਾਂ ਬਾਜ਼ੀ ਚੱਲੀ ਜਾਂਦਾ ਹੈ ਨਾ ਵੈਸੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਮੈਂ ਤੁਹਾਨੂੰ ਇੱਕ ਲੋਕਤਾ ਸੌਂਗ ਸੁਣਾਉਣਾ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਮਾਰ ਤੁਹਾਡੀ ਚੱਲੀ ਜਾਂਦੀ ਆ ਮੇਰੇ ਅਗੇ ਤੇ ਪੱਲੇ ਭਾਵੇਂ ਕੱਖ ਨਾ ਹੋਵੇ ਉਹਨੇ ਕਿਸੇ ਦੀ ਚੁੱਕਣਾ ਜਾ ਕੇ ਤੇ ਬਸ ਆਪਣਾ ਘਰ ਬਰਬਾਦ ਕਰਨ ਦੀ ਕਰਨੀ ਠੀਕ ਆ ਉਸ ਚੀਜ਼ ਤੇ ਮੈਂ ਦੋ ਚਾਰ ਲੈਣਾ ਲਿਖਿਆ ਵਾਂ ਕਿਉਂਕਿ ਜਿੰਨਾ ਚਿਰ ਆਪਾਂ ਦੇਖਣਾ ਨਹੀਂ ਲਈ ਹੋਣੇ ਚਿਰ ਆਪਾਂ ਕੰਮ ਨਹੀਂ ਕਰ ਸਕਦੇ ਠੀਕ ਆ ਤੇ ਉਹ ਮੈਂ ਤੁਹਾਨੂੰ ਚਾਰ ਲੈਣਾ ਗਾਣੇ ਸੁਣਾਉਣਾ ਹੂੰ ਅੱਖਾਂ ਨਾਲ ਦੇਖੀਦਾ ਤੇ ਕੰਨਾਂ ਨਾਲ ਸੁਣੀਦਾ ਝੂਠਾ ਤਾਣਾ ਬੜਾ ਕਦੇ ਮਿੱਤਰਾਂ ਨਹੀਂ ਬੁਣੀਦਾ ਅੱਖਾਂ ਨਾਲ ਦੇਖੀਦਾ ਤੇ ਕੰਨਾਂ ਨਾਲ ਸੁਣੀਦਾ ਝੂਠਾ ਤਾਣਾ ਬਾਣਾ ਕਦੇ ਮਿੱਤਰਾਂ ਨਹੀਂ ਬੁਣੀਦਾ ਲੋੜਦਾ ਨਹੀਂ ਮੁੱਲ ਲੋੜ ਪੈਣ ਉਤੇ ਕਹਿੰਦੇ ਕੰਮ ਗਲੀਆਂ ਦਿਆਂ ਜਾਂਦੇ ਕੱਖ ਮਿੱਤਰੋ ਚੁੱਕਣਾ ਚ ਆਕੇ ਕਦੇ ਕਰਨੀ ਪੱਟੀ ਦੇ ਗੱਲਾਂ ਕਹਿੰਦੇ ਨੇ ਸਿਆਣੇ ਸਦਾ ਹੋ ਗੱਲਾਂ ਕਹਿੰਦੇ ਨੇ ਸਿਆਣੇ ਸਦਾ ਸੱਚ ਮਿੱਤਰੋ ਚੁੱਕਣਾ ਚ ਆਕੇ ਕਦੇ ਕਰਨੀ ਪੱਟੀ ਦੇ ਗੱਲਾਂ ਕਹਿੰਦੇ ਨੇ ਸਿਆਣੇ ਸਦਾ ਸੱਚ ਮਿੱਤਰੋ ਹੋ ਸ਼ੁਕਰੀਆ ਸ਼ੁਕਰੀਆ ਭਾਜੀ ਤੁਹਾਡਾ ਬਹੁਤ ਬਹੁਤ ਵਧੀਆ ਗੀਤ ਹੈ ਤੁਹਾਡਾ ਇਹ ਤੇ ਮੈਂ ਪੁੱਛਣਾ ਚਾਹੂੰਗਾ ਕਿ ਜਿੱਦਾਂ ਤੁਸੀਂ ਲਿਖਤਾਂ ਦੀ ਗੱਲ ਕਰਦੇ ਹੋ ਤੁਹਾਡਾ ਮੈਟਰ ਬੜਾ ਸੋਹਣਾ ਲਿਖਿਆ ਹੋਇਆ ਸਿਹਰਦ ਮੈਟਰ ਲਿਖਿਆ ਹੋਇਆ ਤੁਹਾਡਾ ਤਾਂ ਇੱਕ ਸਮਰੱਥ ਲੇਖਕ ਬਣਨ ਦੇ ਲਈ ਇੱਕ ਸਮਰੱਥ ਗੀਤਕਾਰ ਬਣਨ ਦੇ ਲਈ ਕਹਿੰਦੇ ਕਿ ਉਹਨੂੰ ਪੜ੍ਹਨਾ ਬਹੁਤ ਜ਼ਰੂਰੀ ਹੁੰਦਾ ਹੈ ਇਹ ਤੁਸੀਂ ਕੁਝ ਪੜ੍ਹਿਆ ਜਾਂ ਪਰਮਾਤਮਾ ਵੱਲੋਂ ਬਖਸ਼ਿਸ਼ ਹੈ ਤੁਹਾਡੇ ਤੇ ਭਾਜੀ ਪੜਨਾ ਤਾਂ ਜ਼ਰੂਰੀ ਹੁੰਦਾ ਵਾ ਪਰ ਥੋੜਾ ਬੜਾ ਕਦੇ ਪੜ ਲੇਦਾ ਜ਼ਿਆਦਾਤਰ ਮੈਂ ਦੇ ਸਮੇਂ ਦੀ ਨਬਜ਼ ਨੂੰ ਫੜ ਕੇ ਲਿਖਦਾ ਹਾਂ ਠੀਕ ਹੈ ਜਿੱਦਾਂ ਮੰਨ ਲਓ ਕਿਸੇ ਨਾ ਕੁਸ਼ੀ ਤੱਕਾ ਹੋ ਰਿਹਾ ਵਾ ਜਿੱਦਾਂ ਮੰਨ ਲਓ ਆ ਕਿਸਾਨਾਂ ਦੀ ਗੱਲ ਕੀਤੀ ਹੈ ਬਹਣਾ ਤੇ ਆ ਇਹ ਤਾਂ ਦੱਸੋ ਪਾ ਤਾਂ ਕੀ ਬੜੀ ਐ ਦੱਸੋ ਹੂੰ ਬਿਲਕੁਲ ਇਹ ਚੀਜ਼ ਆ ਬ ਨਬ ਸਮੇਂ ਦੀ ਨਬਜ਼ ਫੜ ਕੇ ਲਿਖੀਏ ਇਹਨੇ ਬੜਾ ਵਾ ਪੜੇ ਲਿਖੇ ਤੁਹਾਨੂੰ ਪਤਾ ਬੜੇ ਬੜੇ ਡਿਗਰੀਆਂ ਵਾਲੇ ਬਸ ਰੁਲਦੇ ਫਿਰਦੇ ਆ ਤੇ ਆਪਣੇ ਦੇ ਮਾਲਕ ਨੇ ਬਖਸ਼ਿਸ਼ ਕੀਤੀ ਹੈ ਤੇ ਆ ਭਾਈ ਨੇ ਸੰਭਾਲ ਲਈ ਬਹੁਤ ਜ਼ਿਆਦਾ ਹਾਂ 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 ਬਾਕੀ ਥੈਂਕ ਯੂ ਤਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਪ੍ਰਮਾਤ ਤੁਸੀਂ ਉਸ ਬਖਸ਼ਿਸ਼ ਦਾ ਲਾਹਿਆ ਲੈਣ ਦੇ ਲਈ ਤਾਂ ਜ਼ਾਹਿਰ ਜੀ ਗੱਲ ਇਹ ਆ ਕਿ ਕੁਛ ਨਾ ਕੁਛ ਤਾਂ ਰੌਲਾ ਪਾਉਣਾ ਪੈਣਾ ਨਾ ਤਾਂ ਕਿ ਆਲੇ ਦੁਆਲੇ ਕਿਸੇ ਨੂੰ ਪਤਾ ਚੱਲੇ ਕਿ ਮੈਂ ਹਾਂ ਪਿੰਡਾ ਬੁੱਟਰ ਦਾ ਵਜੂਦ ਹੈ ਨਾਮ ਹੈ ਤੁਹਾਡੇ ਅੱਛਾ ਮੈਂ ਤੁਹਾਡੇ ਪਿੰਡ ਦੀ ਗੱਲ ਕਰਦਾ ਹਾਂ ਤੁਹਾਡੇ ਪਿੰਡ ਦੇ ਨਾਲ ਹੀ ਸਰਜੀਤ ਭੁੱਲਰ ਦਾ ਪਿੰਡ ਹੈ ਅਮਨਿੰਦਰ ਗਿੱਲ ਦਾ ਪਿੰਡ ਹੈ ਤੁਸੀਂ ਬਿਲਕੁਲ ਜਿਹਦਾ ਤੁਸੀਂ ਪਿੰਡ ਦਾ ਆਪਣੇ ਦਾ ਨਾਮ ਲਿਆ ਪੈਣੀ ਗੁਰਮਖ ਸਿੰਘ ਵਾਲਾ ਉਹਦੇ ਲਾਗਲੇ ਪਿੰਡਾਂ ਚੋਂ ਹੀ ਆ ਹਨ ਤਾਂ ਉਹਨਾਂ ਤੱਕ ਅਪਰੋਚ ਨਹੀਂ ਕੀਤੀ ਜਾਉ ਉਹਨਾਂ ਤੱਕ ਤੁਹਾਡੇ ਗਾਇਕੀ ਦੀ ਜਿਹੜੀ ਆ ਸੁਗੰਧ ਪਹੁੰਚੀ ਹੋਵੇ ਤੇ ਕਿਤੇ ਉਹਨਾਂ ਨੇ ਤਹਾਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਨਹੀਂ ਭਾਜੀ ਉਹਨਾਂ ਦਾ ਤਾਂ ਬਸ ਸਰਕਲ ਆਪਣਾ ਹੀ ਸੈਟ ਹੋਣਾ ਦਾ ਉਹ ਸਪੋਰਟ ਕਿਸ ਨੂੰ ਕੀ ਕਰਨਗੇ ਉਹ ਪਹਿਲਾਂ ਹੀ ਅਸਮਾਨ ਤੇ ਜਾ ਕੇ ਬੈਠੇ ਆ ਠੀਕ ਹੈ ਜੀ ਤੇ ਸਜੀਦਪੁਰ ਤੱਕ ਤੇ ਆਪਾਂ ਕਦੀ ਨਹੀਂ ਗਏ ਸੀ ਠੀਕ ਹੈ ਉਹ ਸਿਸਟਮ ਉਹਨਾਂ ਦਾ ਥੋੜਾ ਜਿਹਾ ਹੋ ਰਿਹਾ ਤੇ ਇਹ ਕਿਉਂਕਿ ਉਹਨਾਂ ਕੋਲ ਮੈਟਰ ਪਹਿਲਾਂ ਹੀ ਬਹੁਤ ਆ ਆਪਣਾ ਸਿਸਟਮ ਨਹੀਂ ਸੈਟ ਆ ਸਕਦਾ ਕਦੀ ਉਹਨਾਂ ਨਾਲ ਹਾਂਜੀ ਜਿੱਦਾਂ ਤੁਸੀਂ ਜਿੱਦਾਂ ਕਿਹਾ ਕਿ ਕਿਸੇ ਨੇ ਸਪੋਰਟ ਨਹੀਂ ਕੀਤੀ ਹਨ ਤਾਂ ਮੈਂ ਇਸ ਤੋਂ ਪਹਿਲਾਂ ਪਿਛਲਾ ਇੱਕ ਮੇਰਾ ਕੁਐਸਚਨ ਸੀ ਤੁਹਾਨੂੰ ਕਿ ਕੰਪਨੀਆਂ ਤੱਕ ਤੁਸੀਂ ਅਪਰੋਚ ਨਹੀਂ ਕੀਤੀ ਤੁਸੀਂ ਕੰਪਨੀਆਂ ਵਾਲਿਆਂ ਨੂੰ ਫੋਨ ਕਰਦੇ ਹੋ ਉਹਨਾਂ ਨੂੰ ਮਿਲਣ ਦੇ ਲਈ ਨਹੀਂ ਕਹਿੰਦੇ ਜਾਂ ਉੱਥੋਂ ਤੱਕ ਜਾਣੇ ਨਹੀਂ ਪਾਜੀ ਜੇ ਮਿਲਣ ਦਾ ਨਾਲ ਲਈਏ ਤੇ ਉਹ ਕਹਿਣ ਕਹਿ ਦਿੰਦੇ ਆ ਕਿ ਯਾਰ ਤੁਸੀਂ ਵਟਸਐਪ ਤੇ ਸੈਂਡ ਕਰ ਦਿਓ ਉਹਨਾਂ ਨੇ ਇੱਕ ਮੈਟਰ ਨੂੰ ਫालतू ਸਮਝ ਰੱਖਿਆ ਠੀਕ ਆ ਜੇ ਉਹਨਾਂ ਨਾਲ ਗੱਲ ਕਰੀ ਨਾ ਕਿ ਹਾਂ ਸਾਰੇ ਤੁਹਾਨੂੰ ਮਿਲ ਕੇ ਗੱਲ ਕਰਨੀ ਆ ਫालतू ਸਮਝ ਰੱਖਿਆ ਮੈਟਰ ਨੂੰ ਮਤਲਬ ਕੀ ਮਤਲਬ ਕਿਦਾਂ ਕਮਰਸ਼ੀਅਲ ਮੰਗਦੇ ਨੇ ਜਾਂ ਕੀ ਕੀ ਉਹਨਾਂ ਦੀ ਰਿਕੁਆਇਰਮੈਂਟ ਕੀ ਆ ਰਿਕੁਆਇਰਮੈਂਟ ਉਹਨਾਂ ਦੀ ਇਹੀ ਹੈ ਕਿ ਜੇ ਚੰਗਾ ਲੱਗਾ ਤੇ ਤੁਹਾਨੂੰ ਕਾਲ ਕਰਾਂਗੇ ਤੇ ਫਿਰ ਉਹਦੇ ਵਿੱਚ ਆਪਣਾ ਵੀ ਨਿਰਮਾਨ ਨਹੀਂ ਖਲੋਂਦਾ ਕਿ ਜੇ ਆਪਾਂ ਫੇਸ ਟੂ ਫੇਸ ਗੱਲ ਕਰਨੀ ਹੈ ਉਹਦੇ ਵਿੱਚ ਜ਼ਿਆਦਾ ਬੈਟਰ ਆ ਤੇ ਉਹਦੇ ਵਿੱਚ ਜੇ ਆਪਾਂ ਨੂੰ ਮੰਨ ਕੇ ਚੱਲੋਗੇ ਆਪਾਂ ਇਹ ਵੀ ਕਹਿ ਦੇਣਾ ਕਿ ਯਾਰ ਤਾਂ ਮੈਟਰ ਸਹੀ ਨਹੀਂ ਹੈ ਨਾ ਤੇ ਉਹਦੇ ਵਿੱਚ ਆਪਾਂ ਨੂੰ ਇਤਰਾਜ਼ ਕੋਈ ਨਹੀਂ ਜਿਹੜਾ ਆਪਾਂ WhatsApp ਸੈਂਡ ਕਰਦੇ ਆ ਨਾ ਉਹਦੇ ਵਿੱਚ ਆਪਾਂ ਨੂੰ ਇਹ ਆ ਵੀ ਵੇਟ ਕਰਨੀ ਪੈਂਦੀ ਹੈ ਉਹ ਪਤਾ ਨਹੀਂ ਕਦੋਂ ਜਵਾਬ ਦੇਣਾ ਉਹਨਾਂ ਨੇ ਆਪਾਂ ਕਾਲ ਕਰਾਂਗੇ ਉਹਨਾਂ ਨੂੰ ਪਰੇਸ਼ਾਨੀ ਆਊਗੀ ਉਹ ਬਾਰ-ਬਾਰ ਕਨਫਿਊਜ਼ ਹੋਣਗੇ ਤੇ ਇਦਾਂ ਆਪਾਂ ਨੂੰ ਖੁਦ ਨੂੰ ਨਹੀਂ ਚੰਗਾ ਲੱਗਦਾ ਇਸ ਕਰਕੇ ਆਪਾਂ ਖੁਦ ਹੀ ਜਵਾਬ ਦੇ ਦੇਵਾਂ ਜਦੋਂ ਮਿਲਣ ਦੀ ਗੱਲ ਆਉਂਦੀ ਹੈ ਨਾ ਫਿਰ ਮਿਲਣ ਬਾਰੇ ਆਪਾਂ ਚਾਹ ਫਿਰ ਆਪਣਾ ਨਹੀਂ ਮੰਨ ਮੰਨਦਾ ਹਾਂਜੀ ਤੁਹਾਡੇ ਪਹਿਲਾਂ ਵੀ ਜਿਹੜੇ ਚਾਰ ਗੀਤ ਸਿੰਗਰਾਂ ਦੀ ਆਵਾਜ਼ ਚ ਆ ਚੁੱਕੇ ਆ ਹਨ ਤਾਂ ਤੁਹਾਡਾ ਹੁਣ ਵੀ ਆਪਣਾ ਜਿਹੜਾ ਇੱਕ ਖੁੱਦ ਦਾ ਇੱਕ ਟਰੈਕ ਆ ਰਿਹਾ ਤਾਂ ਅਕਸਰ ਦੇਖਿਆ ਜਾਂਦਾ ਹੈ ਕਿ ਇਸ ਸੰਗੀਤਿਕ ਖੇਤਰ ਦੇ ਵਿੱਚ ਇਸ ਲਾਈਨ ਦੇ ਵਿੱਚ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਆ ਪਿੰਦਾ ਵੀਰ ਤੇ ਸਾਥ ਦੇਣ ਵਾਲੇ ਵੀ ਹੁੰਦੇ ਆ ਤੁਹਾਡੇ ਨਾਲ ਕੋਈ ਇਦਾਂ ਦਾ ਵਾਕਿਆ ਵਾਪਰਿਆ ਹੋਵੇ ਕਿ ਤੁਹਾਨੂੰ ਕਿਸੇ ਨੇ ਇਸ ਖੇਤਰ ਦੇ ਵਿੱਚ ਲੱਤਾਂ ਖਿੱਚੀਆਂ ਹੋਣ ਜਾਂ ਕਿਸੇ ਕਿਸ ਨੇ ਤੁਹਾਡਾ ਸਾਥ ਦਿੱਤਾ ਸਾਥ ਵਾਲਾ ਦੇ ਪਹਿਲੀ ਗੱਲ ਲੱਗੇ 사우ਦੀ ਅਰਬ ਤੋਂ ਮੇਰਾ ਸੱਜਣਾ ਭਰਾ ਆਪਣਾ ਲਾਪਰਾ ਸਲੀਮ ਹੈ ਠੀਕ ਆ ਉਹ ਆਪਣੇ ਨਾਲ ਖੜਾ ਉਹ ਉਹਦਾ ਇਕੱਲੇ ਦਾ ਸਾਥ ਆਪਾਂ ਨੂੰ 10 ਬੰਦਿਆਂ ਵਰਗਾ ਠੀਕ ਆ ਦੂਜੀ ਨੰਬਰ ਤੇ ਸਰਪ੍ਰੀਤ ਆਲਮ ਸੁੱਗਾ ਮੁੰਡਾ ਠੀਕ ਆ ਉੱਥੋਂ ਆ ਤੇ ਜੇ ਲੱਤਾਂ ਖਿੱਚਣ ਵਾਲੇ ਦੀ ਗੱਲ ਕਰੀਏ ਕਿ ਮੈਂ ਨਹੀਂ ਨਾਮ ਨਹੀਂ ਲੈਣਾ ਚਾਹੁੰਦਾ ਠੀਕ ਆ ਆਪਾਂ ਕਿਸੇ ਦੀ ਮੰਨ ਲੋ ਆਤਮਾ ਨੂੰ ਦੁੱਖ ਨਹੀਂ ਪਹੁੰਚਾਉਣਾ ਚਾਹੁੰਦੇ ਠੀਕ ਆ ਜੋਗ ਹੈ ਠੀਕ ਆ ਬਸ ਆਪਾਂ ਨੂੰ ਮਾਲਕ ਦੀ ਕਿਰਪਾ ਨਾਲ ਅੱਗੇ ਆਪਾਂ ਵਧ ਰਹੇ ਹਾਂ ਹੌਲੀ ਹੌਲੀ ਸਮਾਂ ਆ ਰਿਹਾ ਵਾ ਨਹੀਂ ਨਾਮ ਨਹੀਂ ਤੁਸੀਂ ਲੈਣਾ ਚਾਹੋਣੇ ਪਰ ਹੈ ਇਦਾਂ ਦੇ ਮਿਲਦੇ ਨੇ ਲੱਤਾਂ ਖਿੱਚਣ ਵਾਲੇ ਜਾਂ ਨਹੀਂ ਸਪੋਰਟ ਵਾਲੇ ਘਾਟਾ ਲੱਤਾਂ ਖਿੱਚਣ ਵਾਲੇ ਜ਼ਿਆਦਾ ਮਿਲਦੇ ਆ ਠੀਕ ਹੈ ਜੀ ਇਸ ਕਰਕੇ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਕੋਈ ਕੋਈ ਚੱਕਰ ਨਹੀਂ ਆ ਮਾਲਕ ਕਿਰਪਾ ਕਰੂਗਾ ਸਮੇਂ ਹਿਸਾਬ ਨਾਲ ਸਾਰਾ ਕੁਝ ਆਪਣਾ ਸੈੱਟ ਹੋ ਜਾਣਾ ਕੋਈ ਗੱਲ ਨਹੀਂ ਕਿਉਂਕਿ ਮਾਲਕ ਨੇ ਆਪਾਂ ਨੂੰ ਇਹ ਕੁਦਰਤੀ ਦਾਤ ਬਖਸ਼ੀ ਜਾਣਾ ਤੇ ਆਪਾਂ ਇਹਨੂੰ ਤਰਾਸ਼ਿਆ ਵੀ ਹੈਗਾ ਇਸ ਕਰਕੇ ਆਪਾਂ ਨੂੰ ਆਪਣੇ ਦੇ ਵੀ ਆਸ ਵੀ ਹੈਗੀ ਆ ਮਾਲਕ ਤੇ ਵੀ ਹੈਗੀ ਆ ਤੇ ਜੋ ਰੱਬ ਨੂੰ ਚੰਗਾ 바ਕੇ ਅੱਗੇ ਹੋਈਏਗਾ ਵੱਡੇ ਭਾਈ ਜਿੱਦਾਂ ਦਾ ਮੈਂ ਤੁਹਾਡਾ ਮੈਟਰ ਸੁਣਿਆ ਮੈਨੂੰ ਲੱਗਦਾ ਕਿ ਤੁਸੀਂ ਕਿਸੇ ਚੰਗੇ ਸਿੰਗਰ ਨੂੰ ਹੀ ਸੁਣਦੇ ਹੋਵੋਗੇ ਹਨਾ ਜਾਂ ਕਿਸੇ ਚੰਗੇ ਸਿੰਗਰ ਦਾ ਤੁਹਾਡੇ ਤੇ ਪ੍ਰਭਾਵ ਰਿਹਾ ਹੋਊਗਾ ਇਹ ਇਦਾਂ ਦਾ ਕੁਝ ਗੱਲ ਗੱਲ ਹੈ ਜਾਂ ਨਹੀਂ ਹਾਂਜੀ ਸਿੰਗਰ ਤਾਂ ਤੁਹਾਨੂੰ ਪਤਾ 99 ਇੰਡਸਟਰੀ ਦੇ ਵਿੱਚ ਹੈਗੇ ਆ ਠੀਕ ਹੈ ਜਿਹੜੇ ਵਧੀਆ ਗਾਉਣ ਵਾਲੇ ਬੰਦੇ ਆ ਤੇ ਉਹਨਾਂ ਦੇ ਵਿੱਚੋਂ ਇੱਕ ਸਿਰਫ ਸਤਿੰਦਰ ਸਤਾਜ ਜੀ ਜਿਨ੍ਹਾਂ ਨੂੰ ਮੈਂ ਸੁਣਾਉਂਦਾ ਠੀਕ ਹੈ ਜੀ ਹਾਂਜੀ ਮੈਂ ਚਾਹੁੰਗਾ ਕਿ ਉਹਨਾਂ ਦੀਆਂ ਦੋ 17 ਜਰੂਰ ਸੁਣਾਓ ਤੁਹਾਡੀ ਆਵਾਜ਼ ਦੇ ਹਾਂਜੀ ਜਰੂਰ ਜੀ ਹੂੰ ਹੋ ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਜੀ ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ ਹੋ ਪਾਣੀ ਪੰਜਾ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਹੋ ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ ਯਾਦ ਰੱਖਦਾ ਵਾ ਸਖੀ ਉਹਨੇ ਵੇਖੇ ਆਜੇ ਹੁੰਦਾ ਯਾਦ ਰੱਖਦਾ ਵਾ ਸਖੀ ਉਹਨੇ ਵੇਖਿਆ ਹੁੰਦਾ ਜੇ ਰੰਗ ਕਣਕਾਂ ਦਾ ਹਰੇ ਤੋਂ ਸੁਨਾਰੀ ਹੋ ਗਿਆ ਹੋ ਪਾਣੀ ਪੰਜਾਂ ਦਰਿਆਵਾ ਵਾਲਾ ਨਹਿਰੀ ਹੋ ਗਿਆ ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ ਵਾਜੀ ਬਾਬਾ ਬਹੁਤ ਅੱਛੇ ਇੱਕ ਮਿਠਾਸ ਹੈ ਤੁਹਾਡੀ ਆਵਾਜ਼ ਚ ਪਿੰਦੇ ਬਾਈ ਅ ਜਾਂਦੇ ਜਾਂਦੇ ਮੈਂ ਤੁਹਾਡੇ ਤੋਂ ਇੱਕ ਪ੍ਰਸ਼ਨ ਪੁੱਛਣਾ ਚਾਹਣਾ ਹੈ ਕਿ ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਸਟੇਟ ਨੂੰ ਜਾਂ ਕਿਸੇ ਕੰਟਰੀ ਨੂੰ ਰਿਪਰੈਜ਼ੈਂਟ ਕਰਨਾ ਹੁੰਦਾ ਤਾਂ ਲੋਕ ਕਹਿੰਦੇ ਆ ਕਿ ਸਾਨੂੰ ਉਹਨਾਂ ਦਾ ਉਸ ਸਟੇਟ ਦਾ ਜਾਂ ਕੰਟਰੀ ਦਾ ਸੰਗੀਤ ਸੁਣਾ ਦਿੱਤਾ ਜਾਵੇ ਤਾਂ ਉੱਥੋਂ ਉਹਨਾਂ ਦਾ ਯੂਥ ਆ ਜਿਹੜਾ ਉਹਦੇ ਬਾਰੇ ਪਤਾ ਚੱਲ ਜਾਂਦਾ ਤਾਂ ਤੁਸੀਂ ਕੀ ਸੋਚਦੇ ਹੋ ਕਿ ਜਿੱਦਾਂ ਦਾ ਮਾਰ ਧਾੜ ਵਾਲੇ ਗਾਣੇ ਅੱਜ ਕੱਲ ਆਪਣੇ ਚੱਲ ਰਹੇ ਆ ਕੀ ਤੁਹਾਡਾ ਕਹਿਣਾ ਹੈ ਇਹਦੇ ਬਾਰੇ ਵੀ ਇਹ ਸਭ ਕੁਝ ਸਹੀ ਚੱਲ ਰਿਹਾ ਦੌਰ ਹੈ ਜਾਂ ਚੇਂਜ ਹੋਣਾ ਚਾਹੀਦਾ ਚੇਂਜ ਵੀ ਹੋਣਾ ਚਾਹੀਦਾ ਵਾ ਬਾਕੀ ਭਾਈ ਤੁਹਾਨੂੰ ਦੱਸਾਂਗਾ ਲੋਕ ਵੀ ਪਸੰਦ ਕਰਦੇ ਆ ਤੇ ਉਹੀ ਚੁੱਕਣ ਵਾਲਾ ਕੰਮ ਹੀ ਆ ਬਸ ਚੱਲੀ ਜਾਂਦਾ ਵਾ ਹਨਾ ਤੇ ਤੁਹਾਨੂੰ ਮੈਂ ਅੱਗੇ ਦੱਸਿਆ ਚੰਗਾ ਗਾਉਣ ਵਾਲੇ ਇੰਡਸਟਰੀ ਸਿਰਫ ਉਂਗਲਾਂ ਤੇ ਗਿਣਵੇਂ ਜੁਣੇ ਬੰਦੇ ਹਨਾ ਪਰ ਲੋਕ ਪਸੰਦ ਕਰਦੇ ਆ ਪਰ ਜਦੋਂ ਲੋਕਾਂ ਨੂੰ ਪੁੱਛਿਆ ਜਾਂਦਾ ਤਾਂ ਉਹ ਕਹਿੰਦੇ ਉਹ ਤੁਹਾਡੇ ਵਰਗਿਆਂ ਦਾ ਨਾਂ ਲੈਂਦੇ ਆ ਉਹ ਕਹਿੰਦੇ ਜੇ ਚੰਗਾ ਗਾਉਣ ਤੇ ਅਸੀਂ ਸਾਨੂੰ ਹੌਲੀ-ਹੌਲੀ ਆਦਤ ਪਾ ਦੇਣ ਅਸੀਂ ਚੰਗਾ ਸੁਣਾਂਗੇ ਜੇ ਮਾੜਾ ਗਾਉਂਦੇ ਆ ਤਾਂ ਹੀ ਅਸੀਂ ਸੁਣਦੇ ਆ ਤੇ ਜੇ ਤੁਹਾਡੇ ਤੋਂ ਪੁੱਛਿਆ ਜਾਂਦਾ ਤਾਂ ਤੁਸੀਂ ਕਹਿੰਦੇ ਆ ਕਿ ਲੋਕ ਚੰਗਾ ਸੁਣਦੇ ਆ ਤਾਂ ਮੇਰੇ ਖਿਆਲ ਚ ਦੋਹਾਂ ਨੂੰ ਹੀ ਰਲ ਕੇ ਹਮਲਾ ਮਾਰਨਾ ਪੈਣਾ ਜੇ ਇੱਕ ਦੂਜੇ ਤੇ ਇਦਾਂ ਇਲਜ਼ਾਮਤ ਲੱਗਦੇ ਰਹੀ ਤਾਂ ਸ਼ਾਇਦ ਗੱਲ ਨਹੀਂ ਬੰਨੀ ਭਾਜੀ ਮੈਂ ਮੈਂ ਤੁਹਾਨੂੰ ਇੱਕ ਕਲੀਅਰ ਗੱਲ ਦੱਸਦਾ ਕਿ ਮੈਂ ਚੰਗਾ ਜਿਹੜੇ ਬੰਦੇ ਗਾਉਂਦੇ ਆ ਚਲੋ ਸਕਸੈਸ ਵੀ ਬੜੇ ਹੋਏ ਆ ਠੀਕ ਆ ਤੇ ਚੰਗਾ ਗਾਉਣ ਵਾਲਿਆਂ ਦਾ ਉਹ ਵੀ ਸਿਸਟਮ ਦੇਖਿਆ ਹੈ ਜਿਨ੍ਹਾਂ ਦਾ ਚੰਗਾ ਗਾ ਕੇ ਵੀ ਚੁੱਲ੍ਹਾ ਨਹੀਂ ਬਲਦਾ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਪਤਾ ਕਿ ਸਮੇਂ ਦੇ ਹਿਸਾਬ ਨਾਲ ਜੋ ਚੱਲੀ ਜਾਂਦਾ ਬਸ ਠੀਕ ਆ ਹਾਂਜੀ ਜੇ ਆਪਾਂ ਚੰਗਾ ਗਾਉਣੇ ਅਜ ਦੇ ਸਮੇਂ ਚੰਗਾ ਗਾਉਣੇ ਫਿਰ ਉਹ ਚੁੱਲਾ ਨਹੀਂ ਆਪਣਾ ਤਪਦਾ ਠੀਕ ਆ ਤੇ ਜੇ ਆਪਾਂ ਬਸ ਲਾਈ ਲੱਗਾ ਵਾਲਾ ਕੰਮ ਕਰੀ ਜਾਂਦੇ ਆ ਤੇ ਮਾਲਕ ਦੀ ਕਿਰਪਾ ਨਾਲ ਫਿਰ ਉਹ ਕੰਮ ਰੜਦਾ ਜਾਂਦਾ ਵਾ ਤੇ ਇਸ ਕਰਕੇ ਜੋ ਲੋਕਾਂ ਨੂੰ ਪਸੰਦ ਹੋ ਆਪਾਂ ਗਾਈ ਜਾਂਦੇ ਆ ਤੇ ਬਸ ਚੱਲੀ ਜਾਂਦਾ ਹਾਂਜੀ ਤਾਂ ਮੈਂ ਕਹੂੰਗਾ ਕਿ ਹੁਣ ਜਾਂਦੇ ਜਾਂਦੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੇ ਮੇਰਾ ਦਿਲ ਕਰ ਰਿਹਾ ਕਿ ਤੁਹਾਡੇ ਤੋਂ ਇੱਕ ਗੀਤ ਵੱਡੇ ਭਾਈ ਹੋਰ ਸੁਣ ਲਿਆ ਜਾਵੇ ਤਾਂ ਜਾਂਦੇ ਜਾਂਦੇ ਤੁਹਾਡਾ ਕੋਈ ਆਪਣਾ ਜਿਹੜਾ ਵੀ ਤੁਹਾਡਾ ਮਨ ਪਸੰਦ ਗੀਤ ਹੈ ਤਾਂ ਉਹ ਸਾਡੇ ਐਮ ਜੀ ਦਾ ਟੈਲੀਕਾਸਟ ਦੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਵੱਡੇ ਭਾਈ ਹਾਂਜੀ ਮੈਂ ਤੁਹਾਨੂੰ ਇੱਕ ਰੋਮਾਂਟਿਕ ਗਾਣਾ ਸੁਣਾਉਣਾ ਰੋਮਾਂਟਿਕ ਸਾਇਡ ਆ ਠੀਕ ਹੈ ਜੀ ਤੇ ਮੈਨੂੰ ਖੁਦ ਵੀ ਬੜਾ ਚੰਗਾ ਲੱਗਦਾ ਤੇ ਆਪਾਂ ਜਲਦੀ ਇਹਨੂੰ ਰਿਕਾਰਡ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਤੁਹਾਨੂੰ ਸੁਣਾਉਣਾ ਚਾਹ ਲੰਨਾ ਹੋ ਗੱਲ ਗੱਲ ਤੇ ਰਵੋਣਾ ਚੰਨ ਵੇ ਜਾਣ ਜਾਣ ਤੜਫੋਣਾ ਚੰਨ ਵੇ ਗੱਲ ਗੱਲ ਤੇ ਰਵੋਣਾ ਚੰਨ ਵੇ ਜਾਣ ਜਾਣ ਤੜਫੋਣਾ ਚੰਨ ਵੇ ਹੋੜੀ ਉੱਤੇ ਹੜੀ ਦਾ ਨਹੀਂ ਹੁੰਦਾ ਜੀਦੇ ਸਾਹਾਂ ਵਿੱਚ ਲਈਏ ਚੰਨਾ ਸਾ ਹੋ ਇਦਾਂ ਵੱਖ ਕਰੀ ਦਾਣੀ ਹੁੰਦਾ ਉਹ ਜੀਦੇ ਸਾਹਾਂ ਵਿੱਚ ਲਈਏ ਚੰਨਾ ਸਾ ਹੋ ਇਦਾਂ ਵੱਖ ਕਰੀ ਦਾਣੀ ਹੁੰਦਾ ਤੂੰ ਗੱਲ ਗੱਲ ਤੇ ਚਿੜਕ ਮਾਰਦਾ ਵੇ ਮੈਂ ਹੱਸ ਹੱਸ ਰਵਾਂ ਜਰਦੀ ਤੂੰ ਇਸ ਦਿਲ ਕੋਲ ਪੁੱਛ ਸੱਜਣਾ ਹੁਣੀ ਕਿੰਨਾ ਤੇਰਾ ਜ਼ਹਦਾ ਕਰਦੀ ਵੇ ਬਿਨਾ ਗੱਲੋਂ ਲੜੀਦਾ ਨਹੀਂ ਹੁੰਦਾ ਜਿਹਦੇ ਸਾਹ ਵਿੱਚ ਲਈਏ ਚੰਨਾ ਸਾ ਹੋ ਇਦਾ ਵੱਖ ਕਰੀ ਦਾਣੀ ਹੁੰਦਾ ਜਿਹਦੇ ਸਾਹ ਵਿੱਚ ਲਈਏ ਚੰਨਾ ਸਾ ਹੋ ਇਦਾ ਵੱਖ ਕਰੀ ਦਾਣੀ ਹੁੰਦਾ ਹੋ ਗੱਲ-ਗੱਲ ਤੇ ਰਵੋਣਾ ਚੰਨ ਵੇ ਜਾਨ-ਜਾਨ ਧੜਫੋਣਾ ਚੰਨ ਵੇ ਥੈਂਕ ਯੂ ਤੁਹਾਡਾ ਬਹੁਤ ਅੱਛੇ ਤੁਹਾਡੀ ਆਵਾਜ਼ ਵੀ ਬਹੁਤ ਚੰਗੀ ਹੈ ਤੇ ਬੋਲ ਵੀ ਬਹੁਤ ਗੀਤਾਂ ਦੇ ਚੰਗੇ ਨੇ ਤੇ ਸਾਡੀ ਐਮਜੀ ਟੈਲੀਕਾਸਟ ਦੀ ਸਮੁੱਚੀ ਟੀਮ ਦੇ ਵੱਲੋਂ ਪਿੰਦੇ ਬੁੱਟਰ ਜੀ ਨੂੰ ਤੁਹਾਡੇ ਜੋ ਆਉਣ ਵਾਲੇ ਅਪਕਮਿੰਗ ਟਾਈਮ ਦੇ ਵਿੱਚ ਸਾਡੀ ਟੀਮ ਦੇ ਵੱਲੋਂ ਦੁਆਵਾਂ ਇੱਛਾਵਾਂ ਕਿ ਤੁਹਾਡਾ ਜਿਹੜਾ ਆਉਣ ਵਾਲਾ ਸਮਾਂ ਤੁਹਾਡੇ ਜਿਹੜੇ ਆਉਣ ਵਾਲੇ ਗੀਤ ਹੈ ਉਹ ਬੁਲੰਦੀਆਂ ਨੂੰ ਛੂਹ ਤੇ ਇਦਾਂ ਹੀ ਤੁਸੀਂ ਲੋਕਾਂ ਦੇ ਦਿਲਾਂ ਤੇ ਰਾਜ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਜੀ ਤੇ ਮੈਂ ਵੀ ਤੁਹਾਡਾ ਥੈਂਕ ਯੂ ਕਰਦਾ ਭਾਜੀ ਤੁਸੀਂ ਸਾਡੇ ਲਈ ਕੀਮਤੀ ਟਾਈਮ ਕੱਢਿਆ ਹਨ ਤੇ ਸਾਡੇ ਤੱਕ ਅਪਰੋਚ ਕੀਤੀ ਹੈ ਤੇ ਮੈਂ ਐਮਜੀ ਟੈਲੀਕਾਸਟ ਤੁਹਾਡੀ ਟੀਮ ਨੂੰ ਵਧਾਈ ਦਿਨਾ ਕਿ ਤੁਸੀਂ ਸਾਡੇ ਤੱਕ ਪਹੁੰਚੇ ਔਰ ਸਾਨੂੰ ਪ੍ਰਮੋਟ ਕੀਤਾ ਹਾਂਜੀ ਦਿਲ ਦੀਆਂ ਅਖੀਰਲੀਆਂ ਗਹਿਰਾਈਆਂ ਤੋਂ ਤੁਹਾਡੇ ਸ਼ੁਕਰਾਨੇ ਇੱਕ ਵਾਰ ਫੇਰ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਸੋ ਦੋਸਤੋ ਇਹ ਸਨ ਸਾਡੇ ਨਾਲ ਉੱਬਰ ਦਾ ਗਾਇਕ ਤਰਨ ਤਰਨ ਜ਼ਿਲ੍ਹੇ ਦੀ ਸ਼ਾਨ ਪਿੰਡਾ ਬੁੱਟਰ ਸੋ ਦੋਸਤੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਕਿਸੇ ਮਨ ਪਸੰਦ ਕਲਾਕਾਰ ਨੂੰ ਅਸੀਂ ਤੁਹਾਡੇ ਰੂਬਰੂ ਕਰੀਏ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਉਹਦਾ ਨਾਮ ਪਤਾ ਦੱਸ ਸਕਦੇ ਹੋ ਅਸੀਂ ਉਹਦੇ ਤੱਕ ਜਰੂਰ ਪਹੁੰਚ ਕਰਾਂਗੇ ਸਾਡਾ ਅੱਜ ਦਾ ਪ੍ਰੋਗਰਾਮ ਪਿੰਦੇ ਬੁੱਟਰ ਦੇ ਨਾਲ ਤੁਹਾਨੂੰ ਕਿੱਦਾਂ ਲੱਗਿਆ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਜਰੂਰ ਦਿਓ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਇੰਨੇ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਕੈਮਰਾਮੈਨ ਰਾਜਦੀਪ ਸਿੰਘ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਮਨਜਿੰਦਰ ਕਮਾਨ ਐਮ ਜੀ ਟੈਲੀਕਾਸਟ ਸ਼ੁਕਰੀਆ